ਹੇ ਸੱਚੇ ਪਾਤਸ਼ਾਹ, ਕਿੰਨੇ ਦਿਨਾਂ ਬਾਅਦ ਅੱਜ ਉਹ ਕੰਮ 'ਤੇ ਗਏ ਨੇ। ਬਸ ਉਹਨਾਂ ਨੂੰ ਕੰਮ ਮਿਲ ਜਾਵੇ, ਇੰਨੀ ਕੁ ਅਰਦਾਸ ਕਬੂਲ ਕਰ ਲਈ ਮੇਰੀ। ਨੀ ਕੁੜੀਏ, ਨੀ ਕਿੱਧਰ ਵਗ ਗਈ? ਮੈਨੂੰ ਦਵਾਈ ਲਿਆ ਕੇ ਦੇ, ਮੇਰਾ ਦਰਦ ਹੋਈ ਜਾਂਦਾ ਕਾਲਜੇ 'ਚ। ਬੇਬੇ ਕੀ ਹੋ ਗਿਆ? ਬੇਬੇ ਪਾਣੀ ਲਿਆ ਕੇ ਦੇਵਾਂ ਤੈਨੂੰ? ਪੁੱਤ ਪਾਣੀ ਨਾਲ ਕਿਉਂ? ਮੇਰੇ ਕਾਲਜੇ 'ਚ ਦਰਦ ਹੋਈ ਜਾਂਦਾ ਗਾ, ਮੈਨੂੰ ਦਵਾਈ ਲਿਆ ਕੇ ਦੇ ਦੇ। ਮੈਂ ਬੇਬੇ ਨੂੰ ਦਵਾਈ ਕਿੱਥੋਂ ਦੇਵਾਂ? ਦਵਾਈ ਤਾਂ ਕੋਈ ਵੀ ਨਹੀਂ। ਨੀ ਕੁੜੀਏ, ਲਿਆ ਦੇ ਦਵਾਈ, ਮੇਰੇ ਤਾਂ ਜਾਨ ਨਿਕਲੀ ਜਾਂਦੀ ਆ। ਬੇਬੇ ਦਵਾਈ ਤਾਂ ਘਰੇ ਕੋਈ ਵੀ ਨਹੀਂ, ਲਿਆ ਕੇ ਕਿੱਥੋਂ ਦੇਵਾਂ ਤੈਨੂੰ ਮੈਂ? ਚੱਲ ਕੋਈ ਨਹੀਂ, ਤੂੰ ਫਿਕਰ ਨਾ ਕਰ, ਅੱਜ ਨਾ ਇਹ ਗਏ ਆ, ਜੇ ਇਹਨਾਂ ਨੂੰ ਦਿਹਾੜੀ ਮਿਲ ਗਈ ਤਾਂ ਪੈਸੇ ਲੈ ਕੇ ਆਉਣਗੇ ਸ਼ਾਮ ਨੂੰ। ਨਹੀਂ ਪੁੱਤ, ਉਹਨਾਂ ਦੀ ਦਿਹਾੜੀ ਕਿੱਥੇ ਲੱਗੂਗੀ? ਖਬਰਾਂ ਮਿਲੂਗੀ ਕਿ ਨਾ? ਕਿਉਂ ਬੇਬੇ, ਹਾਂ ਕਿਉਂ ਸੋਚਦੀ ਆ? ਮਿਲੂਗੀ ਕਿਉਂ ਨਹੀਂ, ਕੋਈ ਨਹੀਂ, ਰੱਬ ਤੇ ਭਰੋਸਾ ਰੱਖ। ਜੇ ਉਹਨੇ ਆਪਾਂ ਨੂੰ ਇਸ ਦੁਨੀਆਂ ਤੇ ਭੇਜਿਆ ਨਾ, ਤਾਂ ਖਾਣ ਦਾ ਜੁਗਾੜ ਵੀ ਉਹਨੇ ਹੀ ਕਰਨਾ ਆਪਣਾ। ਕੋਈ ਨਹੀਂ, ਜਦੋਂ ਅੱਜ ਇਹਨਾਂ ਦੀ ਦਿਹਾੜੀ ਲੱਗ ਗਈ ਨਾ, ਸ਼ਾਮ ਨੂੰ ਪੈਸੇ ਲੈ ਕੇ ਆਏ ਤਾਂ ਆਪਾਂ ਤੇਰੀ ਦਵਾਈ ਸ਼ਾਮ ਨੂੰ ਹੀ ਲੈ ਆਵਾਂਗੇ। ਤੂੰ ਉਹਨਾਂ ਟਾਈਮ ਆਰਾਮ ਕਰ। ਮੇਸ਼ੀ ਬਾਈ ਚੱਲੀਏ ਯਾਰ, ਸਿਖਰ ਦੁਪਹਿਰਾ ਹੋ ਗਿਆ, ਕੋਈ ਨਹੀਂ ਕੰਮ ਤੇਰੇ ਨਾਲ ਆਇਆ ਆਪਾਂ ਨੂੰ ਯਾਰ। ਗੱਲ ਤਾਂ ਲਾ ਲਈ ਤੇਰੀ, ਠੀਕ ਹੈ, 12 ਵੱਜ ਗਏ, ਮੈਨੂੰ ਨਹੀਂ ਲੱਗਦਾ ਹੁਣ ਕੋਈ ਆਊਗਾ। ਯਾਰ ਮੈਂ ਤਾਂ ਅੱਜ ਸੋਚਿਆ ਸੀ ਵੀ ਕੰਮ ਵਾਲਾ ਕੋਈ ਮਿਲ ਜੂਗਾ, ਪਰ ਯਾਰ ਆਪਣੀ ਤਾਂ ਕਿਸਮਤ ਹੀ ਮਾੜੀ ਆ। ਉਹ ਲਾਲੀ, ਉਹ ਮੈਂ ਤਾਂ ਅਨਪੜ੍ਹ, ਉਹ ਤੂੰ ਤੇ ਮਾੜਾ ਮੋੜ ਊੜਾ ਐੜਾ ਜਾਣਦਾ ਹੈ, ਕੋਈ ਕੰਮ ਹੀ ਸ਼ੁਰੂ ਕਰ ਲਾ। ਉਹ ਯਾਰ ਕੰਮ ਤਾਂ ਸ਼ੁਰੂ ਕਰ ਲਾ ਬਾਈ, ਪਰ ਯਾਰ ਉਹਦੇ ਵਾਸਤੇ ਹੀ ਪੈਸੇ ਚਾਹੀਦੇ ਨੇ। ਮੇਰੇ ਤਾਂ ਯਾਰ ਕਿਸਮਤ ਮਾੜੀ ਆ, ਜਿੰਨੇ ਕਮਾਉਣਾ ਉਹ ਸਾਰੇ ਬੇਬੇ ਦਵਾਈ 'ਤੇ ਲੱਗ ਜਾਂਦੇ ਨੇ। ਉਹ ਕੋਈ ਗੱਲ ਨਹੀਂ ਆ, ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜੂਗਾ, ਕਿਤੇ ਨਾ ਕਿਤੇ ਬਣ ਜੂ ਕੰਮ, ਕਿ ਦੁਕਾਨ ਦਕੂਨ ਦਾ ਪਤਾ ਕਰ ਲਾ। ਚੱਲੀ ਬਾਈ ਯਾਰ। ਚੱਲ ਫਿਰ ਯਾਰ। ਅੱਜ ਤਾਂ ਟਾਈਮ ਹੀ ਬਹੁਤ ਹੋ ਗਿਆ, ਅਜੇ ਤੱਕ ਨਹੀਂ ਆਈ। ਮੈਨੂੰ ਲੱਗਦਾ ਨਾ ਪੱਕਾ ਕੋਈ ਕੰਮ ਮਿਲ ਗਿਆ ਹੋਣਾ, ਤਾਂ ਹੀ ਲੇਟ ਆ। ਜੇ ਨਾ ਮਿਲਿਆ ਹੁੰਦਾ ਤਾਂ ਸੁਬਹਾ ਸੁਬਹਾ ਹੀ ਮੁੜਿਆ ਆਉਂਦੇ। ਲੈ ਹਾਂ ਵੀ ਗਏ ਤੁਸੀਂ, ਮੈਂ ਹੁਣੇ ਗੱਲ ਕਰਕੇ ਹਟੀ ਸੀ ਵੀ ਜੇ ਉਹਨਾਂ ਨੂੰ ਕੰਮ ਮਿਲਿਆ ਹੁੰਦਾ ਤਾਂ ਉਹ ਸਵੇਰੇ ਸਵੇਰੇ ਮੁੜਿਆ ਆਉਂਦੇ। ਉਹ ਯਾਰ ਮੈਂ ਇੱਥੇ ਮੇਸੀ ਉੱਥੇ ਬੈਠੇ ਰਹੇ ਅੱਡੇ ਦੇ 12 ਵਜੇ ਤੱਕ, ਕੋਈ ਲੈਣੀ ਨਹੀਂ ਆਇਆ ਕੰਮ 'ਤੇ। ਮਤਲਬ ਅੱਜ ਵੀ ਕੰਮ ਨਹੀਂ ਮਿਲਿਆ? ਤੇ ਬੇਬੇ ਕਿਵੇਂ ਆ? ਬੇਬੇ ਤਾਂ ਬਸ ਵਿਚਾਰੀ ਉਹੀ ਦਵਾਈ ਨੂੰ ਰੋਂਦੀ ਕਰਲਾਉਂਦੀ ਫਿਰਦੀ ਆ ਵੀ ਲਿਆ ਦਿਓ ਲਿਆ ਦਿਓ। ਮੈਂ ਤਾਂ ਇਹੀ ਲਾਰਾ ਲਾਇਆ ਸੀ ਵੀ ਅੱਜ ਉਹ ਕੰਮ 'ਤੇ ਗਏ ਆ, ਸ਼ਾਮ ਨੂੰ ਪੈਸੇ ਲੈ ਕੇ ਆਉਣਗੇ ਅਤੇ ਤੈਨੂੰ ਦਵਾਈ ਲਿਆ ਦਾਂਗੇ। ਚੱਲ ਕੋਈ ਨਹੀਂ, ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਉਂਦੀ ਹਾਂ।
ਇਹ ਵੀ ਵਿਚਾਰੀ ਕਿੰਨੀ ਚੰਗੀ ਆ, ਕਿਹੋ ਜਿਹੇ ਹਾਲਾਤਾਂ 'ਚ ਮੇਰੇ ਨਾਲ ਰਹਿ ਰਹੀ ਆ। ਜੇ ਕੋਈ ਹੋਰ ਹੁੰਦੀ ਹੁਣ ਉਹ ਛੱਡ ਕੇ ਚਲੀ ਜਾਂਦੀ। ਹੈਲੋ, ਨਾਲੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਸੀ? ਤੁਹਾਨੂੰ ਇਹ ਪਤਾ ਵੀ ਹਮਸਫ਼ਰ ਬੇਸ਼ੱਕ ਗਰੀਬ ਹੋਵੇ ਪਰ ਇੱਕ ਚੰਗਾ ਇਨਸਾਨ ਹੋਣਾ ਚਾਹੀਦਾ, ਕਿਉਂਕਿ ਗਰੀਬੀ ਤਾਂ ਕੱਟੀ ਜਾ ਸਕਦੀ ਆ ਪਰ ਮਾੜੇ ਇਨਸਾਨ ਨਾਲ ਜ਼ਿੰਦਗੀ ਨਹੀਂ। ਕਮਲੀਏ, ਤਾਂ ਹੀ ਤਾਂ ਮੈਨੂੰ ਤੇਰੇ 'ਤੇ ਮਾਣ ਆ, ਨਾਲੇ ਐਵੇਂ ਨਾ ਸੋਚੀ ਜਾਇਆ ਕਰ। ਚੱਲ ਮੈਂ ਬੇਬੇ ਦਾ ਪਤਾ ਲੈ ਆਵਾਂ। ਨਹੀਂ ਨਹੀਂ, ਤੁਸੀਂ ਬੇਬੇ ਕੋਲ ਨਾ ਜਾਇਓ, ਨਹੀਂ ਜੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਅੱਜ ਖੰਮ ਨਹੀਂ ਮਿਲਿਆ ਤਾਂ ਐਵੇਂ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਹੋ ਜਾਣੀ ਆ। ਬਿਮਾਰ ਤਾਂ ਉਹ ਪਹਿਲਾਂ ਹੀ ਪਈ ਆ ਵਿਚਾਰੀ। ਗੱਲ ਤਾਂ ਤੇਰੀ ਠੀਕ ਆ। ਐਂ ਕਰੋ, ਡਾਕਟਰ ਕੋਲੇ ਜਾਓ ਤੇ ਦਹਾਰ ਦਵਾਈ ਲੈ ਆਓ। ਉਹ ਯਾਰ, ਡਾਕਟਰ ਕੋਲੇ ਕਿਹੜੇ ਮੂੰਹ ਨਾਲ ਜਾਵਾਂ, ਪਹਿਲਾਂ ਹੀ ਕਿੰਨੇ ਦਹਾਰ ਦੇਣਾ ਉਹਦਾ। ਕੋਈ ਵੀ ਡਾਕਟਰ ਨਾ ਇੰਨਾ ਪੱਥਰ ਦਿਲ ਨਹੀਂ ਹੁੰਦਾ ਵੀ ਜੇ ਆਪਾਂ ਉਹਦੇ ਅੱਗੇ ਮਿੰਤਾ ਤਰਲੇ ਕਰਾਂਗੇ ਤਾਂ ਉਹ ਆਪਾਂ ਨੂੰ ਦਵਾਈ ਵੀ ਨਹੀਂ ਦਊਗਾ। ਚਲ ਮੈਂ ਕਰਕੇ ਦੇਖਦਾ ਕੋਸ਼ਿਸ਼, ਜਾ ਕੇ ਹੁਣ ਡਾਕਟਰ ਕੋਲ। ਬਸ ਰੋਟੀ ਖਵਾ ਕੇ ਦੋ ਟਾਈਮ ਦੇਣੀ, ਠੀਕ ਹੈ? ਠੀਕ ਹੈ ਡਾਕਟਰ। ਹਾਂ ਬਈ, ਇੱਕ ਵਾਰ ਚੈੱਕ ਕਰਾ ਜਾਣਾ ਚੰਗਾ ਆ ਕੇ ਦੁਕਾਨ 'ਤੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਲਾਲੀ, ਹੋਰ ਠੀਕ ਹੈ? ਹਾਂਜੀ ਠੀਕ ਹੈ ਜੀ। ਹੋਰ ਬੇਬੇ ਦਾ ਕੀ ਹਾਲ ਚਾਲ ਹੈ? ਬੇਬੇ ਦਾ ਹਾਲ ਤਾਂ ਮਾੜਾ ਹੀ ਹੈ ਜੀ, ਬਸ ਉਸੇ ਕਰਕੇ ਤੁਹਾਡੇ ਕੋਲ ਆਇਆ ਦਵਾਈ ਲੈਣ, ਪਰ ਉਧਾਰ ਚਾਹੀਦੀ ਹੈ ਜੀ। ਦੇਖ ਲਾਲੀ, ਪੈਸੇ ਤੇਰੇ ਕਹਿੰਦੇ ਪਹਿਲਾਂ ਹੀ ਬੜੇ ਖੜੇ ਨੇ। ਹਾਂਜੀ, ਵਾਰ ਵਾਰ ਹੀ ਉਧਾਰ ਮੰਗਣ ਆਉਣਾ ਚੰਗਾ ਨਹੀਂ ਲੱਗਦਾ, ਹੈ ਨਾ? ਦੇਖੋ ਜੀ, ਹਜੇ ਕੰਮ ਕਾਰ ਦਿਨ ਚੱਲ ਰਿਹਾ, ਕੋਈ ਨਹੀਂ ਮੈਂ ਹੌਲੀ ਹੌਲੀ ਕਰਕੇ ਮੋੜ ਦੂੰਗਾ ਜੀ। ਲਾਲੀ, ਤੂੰ ਨਾ ਦਿਹਾੜੀਆਂ ਚੁਲ ਜਿਹਾ ਖੜੇ, ਕੋਈ ਕਿੱਤਾ ਹੋਰ ਕਰ ਲਾ ਯਾਰ, ਕਿਤੇ ਹੋਰ ਕੰਮ 'ਤੇ ਲੱਗ ਜਾ। ਹੋਰ ਕੰਮ 'ਤੇ ਲੱਗ ਜਾ ਡਾਕਟਰ ਸਾਹਿਬ, ਪਰ ਪੈਸੇ ਨਹੀਂ ਇੰਨੇ ਦਿੰਦੇ ਹੈਗੇ, 5-7 ਹਜ਼ਾਰ ਨਾਲ ਕਿੱਥੇ ਘਰ ਚੱਲਦਾ ਹੈਗਾ। ਬਸ ਕੋਈ ਹੋਰ ਕੰਮ ਦੇਖ ਰਿਹਾ ਜੀ। ਚੱਲ ਕੋਈ ਨਹੀਂ, ਹੋਰ ਕੰਮ ਨੂੰ ਤਾਂ ਮੈਨੂੰ ਪਤਾ ਹੀ ਹੈ ਹੁਣ ਕਿਹੜਾ ਅਫਸਰ ਲੱਗਣਾ ਤੇ, ਜਿਵੇਂ ਕਰੀ ਗਏ ਨੇ ਠੀਕ ਹੈ। ਦੇਖ ਦਵਾਈ ਅੱਜ ਦੀ ਤਾਂ ਮੈਂ ਤੈਨੂੰ ਦੇ ਦਿੰਦਾ। ਹਾਂਜੀ ਲੈ ਜਾ। ਚੱਲ ਕੋਈ ਨਹੀਂ, ਪਰ ਅਗਲੀ ਵਾਰ ਭਰਾਵਾ ਪੈਸੇ ਲੱਗਣਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਠੀਕ, ਮੈਂ ਕਰਨਾ ਤੈਨੂੰ 5 ਦਿਨਾਂ ਦੀ ਦਵਾਈ ਦਿੰਦਾ ਅਤੇ ਉਸ ਤੋਂ ਬਾਅਦ ਭਰਾਵਾ ਉਹਦਾ ਪੈਸਾ ਦਾ ਇੰਤਜ਼ਾਮ ਕਰਕੇ। ਠੀਕ ਹੈ ਜੀ। ਉਹ ਬਸ ਮੈਂ ਅੱਜ ਵੀ ਕੰਮ 'ਤੇ ਗਿਆ ਸੀਗਾ, ਕੋਈ ਆਇਆ ਹੀ ਨਹੀਂ ਜੀ ਲੈਣ। ਠੀਕ ਹੈ, ਤਾਂ ਕਰਕੇ ਬਸ ਕਬੀਲਦਾਰੀ ਥੋੜ੍ਹੀ ਟਾਈਟ ਹੋ ਰਹੀ ਆ। ਕੋਈ ਨਹੀਂ, ਬਾਕੀ ਫਿਕਰ ਨਾ ਕਰੋ, ਮੈਂ ਸਾਰੇ ਆਧਾਰ ਮੋੜੂੰਗਾ ਥੋੜ੍ਹੀ। ਆਸ ਤਾਂ ਇਹੀ ਹੈ ਵੀ ਮੋੜਦੇ ਅਤੇ ਆਪ ਇੱਕ ਗੋਲੀ ਕੈਪਸੂਲ ਦੇ। ਹੈਂ, ਠੀਕ ਹੈ ਜੀ, ਧੰਨਵਾਦ ਜੀ। ਆ ਗਿਆ ਪੁੱਤ? ਹਾਂ ਬੇਬੇ। ਦਿਹਾੜੀ ਮਿਲ ਗਈ ਸੀ? ਹਾਂ ਬੇਬੇ ਮਿਲ ਗਈ ਸੀ ਅੱਜ ਦਿਹਾੜੀ ਮਿਲੋ। ਮੈਨੂੰ ਐਂ ਦੱਸ ਪੁੱਤ, ਮੇਰੀ ਦਵਾਈ ਲੈ ਕੇ ਨਾ। ਦਵਾਈ ਲੈ ਕੇ ਆਇਆ ਬੇਬੇ। ਮਨਪ੍ਰੀਤ, ਹਾਂਜੀ, ਪਾਣੀ ਲੈ ਕੇ ਆਈ? ਪੁੱਤ, ਮੈਂ ਤਾਂ ਤੁਹਾਨੂੰ ਵੀ ਤੰਗ ਕਰਕੇ ਹੈਗਾ, ਮੇਰਾ ਤਾਂ ਇਹ ਜੀ ਕਰਦਾ ਪਰਮਾਤਮਾ ਮੈਨੂੰ ਚੱਕ ਕਰੀਏ। ਨਾ ਬੇਬੇ, ਇਹੋ ਜਿਹੀ ਗੱਲਾਂ ਨਾ ਕਰ। ਤੂੰ ਮੈਨੂੰ ਬਚਪਨ ਦੇ ਵਿੱਚ ਕਿੰਨੀਆਂ ਤੰਗੀਆਂ ਹੋਣ ਦੇ ਬਾਵਜੂਦ ਵੀ ਲਾਡਾਂ ਨਾਲ ਪਾਲਿਆ, ਅਤੇ ਹੁਣ ਤੂੰ ਇਹੋ ਜਿਹੀ ਗੱਲਾਂ ਕਰਦੀਆਂ। ਲੈ ਉੱਠ ਬੇਬੇ। ਨਾਲੇ ਗੱਲ ਸੁਣ ਬੇਬੇ, ਡਾਕਟਰ ਕਹਿੰਦਾ ਤੂੰ ਸੀਧੀ ਠੀਕ ਹੋ ਜਾਏਗੀ, ਲੈ ਦਵਾਈ ਖਾ। ਕੱਢੀ ਖਾਓ ਬੇਬੇ ਨੂੰ। ਉੱਠ ਬੇਬੇ।
ਮਨਪ੍ਰੀਤ ਕੀ ਸੋਚੀ ਜਾਂਦੀ ਆ? ਕੁਛ ਨਹੀਂ, ਮੈਂ ਤਾਂ ਇਹ ਸੋਚਦੀ ਹਾਂ ਵੀ ਕਦੇ ਆਪਣੇ ਵੀ ਦਿਨ ਚੰਗੇ ਆਉਣਗੇ। ਕਿਉਂ ਨਹੀਂ ਚੰਗੇ ਦਿਨ ਆਉਣਗੇ? ਆਪਣੇ ਵੀ ਚੰਗੇ ਦਿਨ ਆਉਣਗੇ। ਆਪਾਂ ਨੂੰ ਤਾਂ ਇਕੱਲੀ ਆਪਣੀ ਫਿਕਰ ਆ, ਪਰ ਉਸ ਰੱਬ ਨੂੰ ਤਾਂ ਸਾਰਿਆਂ ਦੀ ਫਿਕਰ ਆ। ਉਹ ਤਾਂ ਪੱਥਰਾਂ ਦੇ ਵਿੱਚ ਬੈਠੇ ਜੀਵ ਜੰਤੂਆਂ ਨੂੰ ਦਾਣਾ ਪਾਣੀ ਦੇ ਦਿੰਦਾ। ਇਹ ਵੀ ਸਹੀ ਗੱਲ ਹੈ ਜੀ ਤੁਹਾਡੀ। ਰੱਬ ਤਾਂ ਰਾਜੇ ਨੂੰ ਭਿਖਾਰੀ ਅਤੇ ਭਿਖਾਰੀ ਨੂੰ ਰਾਜਾ ਬਣਾਉਣ ਲੱਗੇ ਮਿੰਟ ਲਾਉਂਦਾ। ਮਨਪ੍ਰੀਤ ਅੱਜ ਖਾਣ ਨੂੰ ਕੀ ਬਣਾਇਆ? ਅੱਜ ਜੋਗੀ ਤਾਂ ਦਾਲ ਅਤੇ ਆਟਾ ਪਿਆ ਥੋੜ੍ਹਾ ਜਿਹਾ, ਕੱਲ੍ਹ ਦਾ ਪਤਾ ਨਹੀਂ। ਕੱਲ੍ਹ ਦਾ ਕੱਲ੍ਹ ਨੂੰ ਦੇਖਾਂਗੇ, ਐਵੇਂ ਨਾ ਫਿਕਰ ਕਰ। ਵੈਸੇ ਦਿਲ ਬਹੁਤ ਵੱਡਾ ਤੁਹਾਡਾ। ਮਨਪ੍ਰੀਤ ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ ਬੰਦੇ 'ਤੇ, ਐਵੇਂ ਘਬਰਾਉਣਾ ਨਹੀਂ ਚਾਹੀਦਾ। ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ, ਆਪਾਂ ਲੜਾਂਗੇ ਹਾਲਾਤਾਂ ਨਾਲ। ਨਾਲੇ ਅਸੀਂ, ਮੈਂ ਅਤੇ ਮੇਸ਼ੀ ਰੋਜ਼ ਲੇਬਰ ਚੌਂਕ 'ਚੋਂ ਮੁੜੇ ਆਉਂਦੇ ਹਾਂ, ਉਹਦੇ ਘਰ ਦਾ ਹਾਲ ਵੀ ਇਹੀ ਆ। ਪਰ ਕੋਈ ਨਹੀਂ, ਲੱਭਦੇ ਹਾਂ ਕੋਈ ਕੰਮ। ਹਾਂ ਮੈਨੂੰ ਵੀ ਪਤਾ, ਮੇਸ਼ੀ ਬਾਈ ਦਾ ਵੀ ਡੈਡੀ ਬਿਮਾਰ ਆ ਕਾਫੀ। ਚਲੋ ਕੋਈ ਨਹੀਂ, ਇਸੇ ਹੌਂਸਲੇ 'ਚ ਹੀ ਫਿਰਦੇ ਹਾਂ ਵੀ ਦੁਨੀਆ 'ਤੇ ਇਕੱਲੇ ਆਪਾਂ ਤਾਂ ਨਹੀਂ ਗਰੀਬ, ਅਨੇਕ ਹੀ ਦੁਨੀਆ ਜਿਹੜੀ ਔਖੀ ਤੋਂ ਔਖੀ ਬੈਠੀ ਆ। ਆਪਣੇ ਕੋਲ ਤਾਂ ਫਿਰ ਵੀ ਆ ਘਰ ਆ ਰਹਿਣ ਨੂੰ, ਕਈਆਂ ਕੋਲ ਤਾਂ ਇਹ ਵੀ ਨਹੀਂ ਹੈਗਾ। ਇਹ ਅਰਦਾਸ ਕਰਦੀ ਹੁੰਦੀ ਹਾਂ ਜਦੋਂ ਵੀ ਤੁਸੀਂ ਘਰੋਂ ਨਿਕਲਦੇ ਹੋ ਨਾ ਵੀ ਅੱਜ ਕੰਮ ਬਣ ਜੇ। ਜਾਓ ਤੁਸੀਂ, ਕੋਈ ਨਹੀਂ ਧੋਵੋ, ਮੈਂ ਬਣਾਉਂਦੀ ਹਾਂ ਰੋਟੀ। ਰੋਟੀ ਰਾਟੀ ਬਣਾ ਲਾ। ਇਹ ਤਾਂ ਬਹੁਤ ਵਧੀਆ ਗੱਲ ਆ, ਮੈਂ ਹੁਣੇ ਰੋਟੀ ਕਹਿਣਾ। ਠੀਕ ਆ ਬਸ ਆ ਗਿਆ। ਮਨਪ੍ਰੀਤ ਆ ਕੰਮ ਛੱਡ, ਤੂੰ ਪਹਿਲਾਂ ਰੋਟੀ ਬਣਾ ਲਾ। ਕੀ ਹੋ ਗਿਆ ਇੰਨੀ ਜਲਦੀ? ਉਹ ਇੰਨੀ ਜਲਦੀ ਤਾਂ ਆਪਾਂ ਰਾਤ ਗੱਲ ਨਹੀਂ ਕਰਕੇ ਹਟੇ ਵੀ ਰੱਬ ਕਿਸੇ ਨੂੰ ਭੁੱਖਾ ਨਹੀਂ ਛੱਡਦਾ, ਉਹੀ ਹੋਇਆ ਅੱਜ। ਉਹ ਮੇਸ਼ੀ ਬਾਈ ਨੇ ਠੇਕੇਦਾਰਾਂ ਜਿਹੜੇ ਨਾਲ ਗੱਲ ਕਰੀ ਸੀਗੀ, ਉਹ ਕੰਮ ਮਿਲ ਗਿਆ ਅੱਜ ਮੈਨੂੰ। ਤੂੰ ਛੇਤੀ ਰੋਟੀ ਬਣਾ ਅਤੇ ਮੈਂ ਛੇਤੀ ਜਾਣਾ ਗਾ। ਹਾਂ ਮੈਂ ਹੁਣੇ ਬਣਾ ਦਿੰਦੀ ਹਾਂ, ਮੇਸ਼ੀ ਬਾਈ ਤਾਂ ਹੈਗਾ ਵੀ ਬਹੁਤ ਕਾਲਾ, ਹੁਣ ਤਾਂ ਫਿਰ ਆ ਜਾਣਾ ਗੇੜਾ ਕੱਢਦੇ ਨੇ। ਹਾਂ ਅਤੇ ਬਸ ਮੈਂ ਚੱਕਦਾ ਪਰਨਾ ਪੁਰਨਾ। ਠੀਕ ਆ ਤੂੰ ਰੋਟੀ ਬਣਾ ਦੇ ਬਸ। ਸ਼ੁਕਰ ਆ ਰੱਬਾ ਤੇਰਾ, ਚਾਹੇ ਦੇਰ ਬਾਅਦ ਹੀ ਸਹੀ, ਤੂੰ ਸਾਡੀ ਸੁਣਤਾ ਲਈ ਕੋਈ ਕੰਮ ਤਾਂ ਮਿਲਿਆ ਇਹਨਾਂ ਨੂੰ। ਮਨਪ੍ਰੀਤ ਆ ਜਾ ਹੁਣ। ਓਹੋ ਆ ਗਈ। ਧਿਆਨ ਨਾਲ ਜਾਇਓ ਹੁਣ। ਠੀਕ ਆ। ਨਾਲੇ ਮੈਨੂੰ ਤਾਂ ਅੱਜ ਖੁਸ਼ੀ ਵਾਲੀ ਹੋਈ ਪਈ ਆ ਵੀ ਚੱਲ, ਸੋਚ ਲੱਗੀ ਪਈ ਸੀ ਅੱਜ ਜੋਗਾ ਖਾਣ ਨੂੰ ਹੈਗਾ, ਕੱਲ ਨੂੰ ਹੋਣਾ ਨੀ। ਚਾਰ ਦਿਨਾਂ ਦਾ ਹੋਰ ਜੁਗਾੜ ਕਰਤਾ ਰੱਬ ਨੇ, ਵਧੀਆ ਲੰਘ ਜਾਣਗੇ ਚਾਰ ਦਿਨ। ਓਏ ਉਹਨੂੰ ਸਾਰਿਆਂ ਦੀ ਫਿਕਰ ਆ ਗਈ। ਚੱਲ ਚੰਗਾ ਫਿਰ ਮੈਂ ਚੱਲਦਾ, ਮੇਸ਼ੀ ਬੇੜੀ ਕਿਦਾ ਹੁਣ। ਹਾਂ ਹਾਂ ਜਾਓ। ਠੀਕ ਆ। ਲੈ ਆ ਬੇਬੇ, ਸਾਰਾ ਦਿਨ ਅੰਦਰ ਹੀ ਪਈ ਰਹਿੰਦੀ ਆ, ਇੱਥੇ ਬੈਠ, ਬਾਹਰਲੀ ਹਵਾ ਵੀ ਲੈ ਲਿਆ ਕਰ ਭੋਰਾ। ਅੰਦਰ ਤਾਂ ਜਿੰਨਾ ਮੰਜੇ ਨਾਲ ਲੱਗ ਕੇ ਪਈ ਰਹੇਗੀ, ਓਨਾ ਹੀ ਮੰਜਾ ਤੈਨੂੰ ਆਪਦੇ ਵੱਲ ਨੂੰ ਖਿੱਚੂਗਾ। ਪਤਾ ਲਾਲੀ ਨੀ ਦਿਸਦਾ। ਲਾਲੀ ਬੇਬੇ ਕਾਹਦਾ ਦਿਸਣਾ, ਕੰਮ ਤੇ ਗਏ ਅੱਜ ਉਹ ਸੁਬਾ ਹੀ। ਚੱਲ ਚੰਗਾ ਪੁੱਤਾ, ਨਾ ਆਪਣੇ ਘਰ ਦਾ ਗੁਜ਼ਾਰਾ ਚੱਲੀ ਜਾਊਗਾ, ਨਾ ਮੇਰੀ ਦਵਾਈ ਬੂਟੀ ਦਾ। ਹਾਂ ਉਹ ਨਾ ਮੇਸ਼ੀ ਬਾਈ ਨੇ ਕੱਲ੍ਹ ਦਾ ਪਤਾ ਕੀਤਾ ਸੀ ਕਿਤੋਂ ਕੰਮ ਦਾ, ਅਤੇ ਅੱਜ ਮੇਸ਼ੀ ਬਾਈ ਸੁਬਹਾ ਸੁਬਹਾ ਹੀ ਖੁਸ਼ਖਬਰੀ ਲੈ ਕੇ ਆ ਗਿਆ, ਕਹਿੰਦਾ ਆਪਾਂ ਨੂੰ ਦੋਨਾਂ ਨੂੰ ਦੋ ਦੋ ਦਿਨਾਂ ਦਾ ਕੰਮ ਮਿਲ ਗਿਆ।
ਚੱਲ ਚੰਗਾ ਪੁੱਤ। ਚਲੋ ਆਪਾਂ ਨੂੰ ਤਾਂ ਸਹੀ ਹੈ ਕੰਮ ਦਾ, ਚਾਹੇ ਇੱਕ ਦਿਨ ਦਾ ਚਾਹੇ ਦੋ ਦਿਨ ਦਾ। ਹੋਰ ਪੁੱਤ ਫਿਰ ਉਹ ਆਪਣੇ ਕਿਹੜਾ ਕੀ ਲਿਆੜੇ ਪੈਣੇ, ਜੇ ਆਪਾਂ ਕੰਮ ਕਰਾਂਗੇ ਪੁੱਤ ਤਾਂ ਖਾਵਾਂਗੇ, ਨਹੀਂ ਫਿਰ ਭੁੱਖੇ ਬੈਠੇ ਹੋ। ਚੱਲ ਕੋਈ ਨਹੀਂ ਮਾਂ, ਕਿੱਲੇ ਵਾਲਿਆਂ ਨੇ ਵੀ ਰੋਟੀ ਖਾਣੀ ਤੇ ਬਿਨਾਂ ਕਿੱਲੇ ਵਾਲਿਆਂ ਨੇ ਵੀ ਰੋਟੀ ਖਾਣੀ, ਮਸਲਾ ਤਾਂ ਸਾਰਾ ਰੋਟੀ ਦਾ। ਹਾਂ ਪੁੱਤ, ਇਹੀ ਮਿਲੀ ਜਾਵੇ ਦੋ ਡੰਗ ਦੀ ਬਹੁਤ ਵਧੀਆ। ਕੋਈ ਕੋਠੀਆਂ ਘਰਾਂ ਨਾਲ ਜ਼ਿਆਦਾ ਥੋੜ੍ਹੀ ਹੁੰਦਾ ਜਾਂ ਵੱਡੇ ਘਰਾਂ ਨਾਲ। ਪੁੱਤ ਆਪਣੇ ਤਾਂ ਆਹੀ ਕੋਠੀ ਹੈ ਜਿਹ 'ਚ ਆਪਾਂ ਟਾਈਮ ਪਾਸ ਕਰੀ ਜਾਂਦੇ ਹੈਗੇ। ਵੈਸੇ ਇੱਕ ਗੱਲ ਆ ਮਾਂ, ਲਾਲੀ 'ਚ ਨਾ ਸਬਰ ਬਹੁਤ ਆ। ਨਹੀਂ ਲੋਕਾਂ ਦੇ ਬੰਦੇ ਦੇਖ ਲਓ, ਜਿਹੜੇ ਇੰਨੇ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਆ, ਇੰਨਾ ਪੈਸਾ ਤਾਂ ਕਮਾਉਂਦੇ ਆ, ਪੈਸੇ 'ਚ ਹੀ ਰਹਿੰਦੇ ਆ, ਇਹਨੂੰ ਵਿਚਾਰੇ ਨੂੰ ਕੋਈ ਫਰਕ ਨਹੀਂ ਪੈਂਦਾ, ਚਾਹੇ ਇਹਦੇ ਕੋਲ ਇੱਕ ਟਾਈਮ 'ਚ 100 ਰੁਪਇਆ ਹੋਵੇ ਚਾਹੇ ਨਾ ਹੋਵੇ। ਪੁੱਤ ਹੋਵੇ ਵੀ ਨਾ ਸਬਰ ਵਾਲਾ, ਜਿੱਦੇ ਦਾ ਜੰਮਿਆ ਗਾ ਵਿਚਾਰਾ ਉਹਦੇ ਤਾਂ ਕਬੀਲਦਾਰ 'ਚ ਫਸ ਗਿਆ, ਜੇ ਉਹਦਾ ਬਾਪ ਮੁੱਕਿਆ ਬਹੁਤ ਦੁੱਖ ਤਕਲੀਫਾਂ ਦੇਖ ਲਈਆਂ ਨੇ। ਚੱਲ ਕੋਈ ਨਾ ਬੇਬੇ, ਫਿਰ ਕੀ ਹੋ ਗਿਆ ਜੇ ਪਿਓ ਦਾ ਸਾਇਆ ਸਿਰ ਤੋਂ ਵੱਗ ਗਿਆ। ਉਹਦੀ ਮਾਂ ਤਾਂ ਉਹਦੇ ਕੋਲ ਆ ਨਾ, ਨਾਲੇ ਦੁਨੀਆ 'ਤੇ ਬਥੇਰੇ ਜਵਾਕ ਆ ਜਿਹੜੇ ਵਿਚਾਰੇ ਅਨਾਥ ਹੀ ਫਿਰਦੇ ਆ, ਉਹਨਾਂ ਕੋਲ ਨਾ ਮਾਂ ਏ ਨਾ ਬਾਪ ਆ। ਤੂੰ ਵੀ ਬਾਹਲੀ ਸੋਚਣਾ ਕਰਿਆ ਕਰ। ਉਹ ਲਾਲੀ। ਹਾਂ ਬਾਈ। ਉਹ ਮੈਂ ਤਾਂ ਅੱਜ ਬਹੁਤ ਖੁਸ਼ ਹਾਂ। ਕਿੰਨੇ ਦਿਨ ਹੋ ਗਏ ਸੀ ਵਿਹਲੇ ਫਿਰਦਿਆਂ ਨੂੰ, ਉਹ ਆ ਕੰਮ ਮਿਲ ਗਿਆ ਤੇ ਤੰਗੀਆਂ ਛੰਗੀਆਂ ਨਿਕਲ ਜਾਣਗੀਆਂ, ਦੋ ਦਿਨ ਦਾ ਕੰਮ ਆਪਣੇ ਕੋਲ ਹੈਗਾ। ਹਾਂ ਉਹ ਮੇਰਾ ਵੀ ਠੀਕ ਆ ਯਾਰ, ਨਾਲੇ ਬੇਬੇ ਦਵਾਈ ਦਵੂਈ ਲੈ ਜੂੰਗਾ। ਤੂੰ ਇੱਦਾਂ ਕਰ, ਠੇਕੇਦਾਰ ਖੁਸ਼ ਹੋ ਜੂਗਾ ਜੇ ਆਪਾਂ ਟਾਈਮ ਨਾਲ ਕੰਮ 'ਤੇ ਲੱਗ ਜਾਂਗੇ ਤੇ ਰੋਟੀ ਖਾ ਲਈਏ। ਠੀਕ ਆ ਤੰਦਰਾ ਬਾਈ, ਤੁਸੀਂ ਵੀ ਖਾ ਲਓ ਰੋਟੀ। ਠੀਕ ਆ ਬੇਟੇ, ਖਾਲਾ ਖਾਲਾ ਜਲਦੀ ਖਾਲਾ, ਟਾਈਮ ਨਾਲ ਲੱਗਾਂਗੇ। ਮੇਰੇ ਵਾਲ ਕੀ ਝਾਕਦਾ ਆ, ਇੱਧਰ ਵੀ ਗੰਢਾ ਤੇ ਲੂਣੀ ਆ, ਤੈਨੂੰ ਪਤਾ ਸਬਜ਼ੀ ਭਾਜੀ ਬਣਾਉਣ ਜੋਗੇ ਕਿਹੜੇ ਪਏ ਹੁੰਦੇ ਆਪਣੇ। ਕਾਲਾ ਵੀ ਔਖੀ ਮਿੱਸੀ ਜਿੱਦਾਰੀ ਹੈਗੀ ਆ, ਜਲਦੀ ਖਾ ਕੇ ਨਾ ਆਪਾਂ ਲੱਗਦੇ ਹਾਂ ਕੰਮ 'ਤੇ। ਚੰਗਾ, ਆਪਾਂ ਦੂਜੇ ਬੰਦੇ ਵੱਲ ਨਹੀਂ ਵੇਖਣਾ ਵੀ ਉਹ ਬੈਠੇ ਆ ਸ਼ਾਮੀ, ਆਪਾਂ ਆਏ ਹਾਂ ਪਹਿਲੇ ਦਿਨ, ਠੇਕੇਦਾਰ ਖੁਸ਼ ਚਾਹੀਦਾ। ਬਸ ਠੀਕ ਆ। ਉਹ ਭਰਾਵਾ ਗਰੀਬੀ ਚੀਜ਼ ਹੀ ਇੱਦਾਂ ਦੀ ਆ, ਕੀ ਕਰੀਏ। ਚੱਲ ਵਧੀਆ ਯਾਰ, ਅੱਜ ਤਾਂ ਆਪਾਂ ਟਾਈਮ ਨਾਲ ਵਿਹਲੇ ਹੋ ਗਏ। ਉਹ ਮੇਰੀ ਗੱਲ ਸੁਣ ਲਾਲੀ, ਸਵੇਰੇ ਇੱਦਾਂ ਕਰੀ ਟਾਈਮ ਨਾਲ ਨਿਕਲ ਆਈ। ਉਹ ਠੇਕੇਦਾਰ ਪਤਾ ਕੀ ਆਂਦਾ ਸੀ, ਆਂਦਾ ਯਾਰ ਇੱਟ ਸੁੱਟ ਦੋਗੇ ਨਾ ਤੇ ਪੈਸੇ ਤੁਹਾਡੇ ਵੱਧ ਬਣ ਜਾਣਗੇ। ਉਹ ਨਾਲੇ ਗੱਲ ਤੂੰ ਵੀ ਸੁਣ ਲਾ। ਹਾਂ ਉਹ ਸਾਈਕਲ ਦਾ ਠੀਕ ਕਰਾ ਲਾ ਆਪਦਾ, ਲੈ ਮੇਰਾ ਵੀ ਖਰਾਬ ਹੋ ਗਿਆ। ਉਹ ਕੋਈ ਨਹੀਂ ਕਰਾ ਲੂੰ ਲੈ ਤੂੰ ਟਿਫਨ, ਯਾਰ ਉੱਥੇ ਭੁੱਲ ਗਿਆ ਕੋਈ ਗੱਲ ਨਹੀਂ, ਸਵੇਰੇ ਉੱਥੇ ਜਾਣਾ। ਥੱਕ ਗਿਆ। ਉਹ ਮੇਰੀ ਗੱਲ ਸੁਣ ਲਾਲੀ, ਉਹ ਆਤਾ ਚਾਰ ਪੈਸੇ ਕਮਾਏ ਆ, ਅੱਜ ਵੀ ਤੂੰ ਵੀ ਚਾਰ ਜਣਾ ਰੋਟੀ ਖਾਧੀ ਆ ਤੇ ਮੈਂ ਵੀ ਗੰਢੇ ਨਾਲ, ਇੱਦਾਂ ਕਰਕੇ ਯਾਰ ਸਬਜ਼ੀ ਨਾ ਲੈ ਜਾਈ, ਤੂੰ ਵੀ ਲੈ ਜਾ। ਉਹ ਬਾਈ, ਉਹ ਬਾਈ, ਉਹ ਬਾਈ ਨਹੀਂ ਦੇਖਦਾ ਕਿੱਥੇ ਆ। ਉਹ ਬਾਈ ਤੂੰ ਕਿਧਰ ਦੁਕਾਨ ਛੱਡ ਕੇ ਤੁਰਿਆ ਫਿਰਦਾ? ਯਾਰ ਮੁੰਡੇ ਨਾਲ ਗੱਲ ਕਰ ਰਿਹਾ, ਜਿਹੜਾ ਮੁੰਡਾ ਪਹਿਲਾਂ ਲੱਗਿਆ ਹੋਇਆ ਸੀ ਨਾ ਉਹ ਹਟ ਗਿਆ, ਤਾਂ ਕਰਕੇ ਦੁਕਾਨ ਤੇ ਔਖਾ ਹੋਇਆ ਇਕੱਲੇ ਨੂੰ। ਤੇ ਬਾਈ ਮੁੰਡਾ ਰੱਖ ਲਾ ਕੋਈ, ਲੋੜ ਤਾਂ ਹੈਗੀ ਆ ਯਾਰ ਮੈਨੂੰ ਮੁੰਡੇ ਦੀ। ਕੋਈ ਨਹੀਂ, ਸਾਡੀ ਨਿਗਾਹ 'ਚ ਹੋਇਆ ਤਾਂ ਦੱਸ ਦਾਂਗੇ। ਜ਼ਰੂਰ ਦੱਸਿਓ। ਤੇ ਬਾਈ ਇੱਦਾਂ ਕਰ, ਸਾਨੂੰ ਛੇਤੀ ਆ ਸਬਜ਼ੀ ਬਾਰੇ ਕੀ ਲੈਣਾ। ਆ ਮੈਨੂੰ ਤਾਂ ਗੋਭੀ ਦੇ ਰਹੇ ਬਾਈ, ਗੋਭੀ ਉਹ ਪਿਆਜ਼ ਤੇ ਯਾਰ ਉਹ ਪਾ ਦੇ ਯਾਰ, ਕੱਦੂ ਪਾ ਦੇ ਕਰ। ਆ ਵਧੀਆ ਆ ਗਿਆ ਨਾ, ਜੇ ਕਮਾਇਆ ਆਪਾਂ ਨੇ। ਆ ਸਬਜ਼ੀ ਸੁਬਜ਼ੀ ਲੈ ਕੇ ਰੱਖ ਲੈਂਦੀ, ਹੁਣ ਜਦੋਂ ਕੁਛ ਹੈ ਹੀ ਨੀ ਕੋਲੇ। ਚੱਲ ਕੋਈ ਨੀ,
ਆਉਣ ਵਾਲੇ ਹੋਣਗੇ, ਉਹਨਾਂ ਨੂੰ ਵੀ ਪਤਾ ਹੀ। ਲੈ ਸ਼ੁਕਰ ਆ। ਹੋਰ ਕਿਵੇਂ ਮਰਪ੍ਰੀਤਾ? ਮੈਂ ਤਾਂ ਠੀਕ ਆ। ਕਦੋਂ ਦੀ ਡਿੱਕੀ ਜਾਂਦੀ ਆ ਤੁਹਾਨੂੰ? ਅੱਛਾ, ਪਤਾ ਨਹੀਂ ਕਿੱਥੇ ਰਹਿ ਗਏ, ਇੰਨਾ ਟਾਈਮ ਲਾਤਾ। ਉਹ ਰਹਿਣਾ ਕਿੱਥੇ ਸੀ, ਉਹ ਮੈਂ ਸਬਜ਼ੀ ਲੈਣ ਲੱਗ ਗਿਆ ਉੱਥੇ, ਹੁਣ ਸਾਰੇ ਉਹ ਦੁਕਾਨ ਵਾਲੇ ਚਲੇ ਗਏ, ਨਾ ਰੇਹੜੀ ਵਾਲੇ ਸੀਗੇ, ਬਸ ਇੱਕ ਦੁਕਾਨ ਜੀ ਖਲਾਈ, ਉੱਥੋਂ ਲੈ ਕੇ ਆਇਆ, ਲੇਟ ਹੋ ਗਿਆ ਸੀ। ਚੱਲ ਵਧੀਆ ਕੀਤਾ ਜਿਹੜਾ ਤੁਸੀਂ ਆਪ ਹੀ ਲੈ ਆਏ ਸਬਜ਼ੀ ਭਾਜੀ। ਆਲੂ ਗੰਡੇ ਵੀ ਆਪਣੇ ਤਾਂ ਖਤਮ ਹੋਏ ਪਏ ਸੀ, ਆ ਇੰਨੇ ਸਬਜ਼ੀਆਂ ਵਾਲੇ ਲੰਘੇ ਹੋਕਾ ਦੇ ਦੇ ਕੇ। ਹੁਣ ਜੇ ਮੇਰੇ ਹੱਥ 'ਚ ਪੈਸੇ ਹੁੰਦੇ ਤਾਂ ਮੈਂ ਸਬਜ਼ੀ ਲੈ ਕੇ ਰੱਖ ਲੈਂਦੀ, ਫਿਰ ਮੈਂ ਕਿਹਾ ਚੱਲ ਜਦੋਂ ਆਉਣਗੇ ਉਦੋਂ ਦੇਖੀ ਜਾਊਗੀ। ਉਹ ਲੈ ਪੈਸੇ ਤਾਂ ਰੱਖ ਤੂੰ, ਤੂੰ ਲੈ ਲਿਆ ਕਰ ਸੌਦਾ ਪੱਤਾ ਕੋਈ ਜਿਹੜਾ ਲੈਣਾ ਹੁੰਦਾ। ਸੌਦਾ ਪੱਤਾ ਜਿਹੜਾ ਮੁੱਕਿਆ ਸੀ ਨਾ, ਚਾਹ ਪੱਤੀ ਖੰਡ, ਉਹ ਤਾਂ ਮੈਂ ਸਾਰਾ ਆਪਣੀ ਦੁਕਾਨ ਤੋਂ ਫੜ ਲਿਆ ਪਿੰਡ ਵਾਲੀ ਤੋਂ। ਅੱਛਾ, ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਜਦੋਂ ਸੌਦਾ ਲੈਣ ਗਈ ਨਾ, ਅਗਲੇ ਤੇ ਵੀ ਮਿੰਨਤਾਂ ਤਰਲੇ ਹੀ ਕਰਨੇ ਪੈਂਦੇ ਆ, ਤੇ ਉਹ ਬਾਣੀਆਂ ਜਾਂ 20-20 ਗੱਲਾਂ ਬੋਲਿਆ ਮੈਨੂੰ। ਇੱਕ ਤਾਂ ਬੰਦਾ ਉਂ ਗਰੀਬ ਹੁੰਦਾ, ਇੱਕ ਲੋਕਾਂ ਦੇ ਬੋਲ ਨਾ ਆਰੀਆਂ ਅਰਗੇ ਆ, ਕਲੇਜਾ ਹੀ ਪਾੜ ਦਿੰਦੇ ਆ। ਚੱਲ ਕੋਈ ਨਾ, ਫਿਕਰ ਨਾ ਕਰਿਆ ਕਰ ਤੂੰ, ਆ ਹੁਣ ਆਪਣਾ ਕੰਮ ਚੱਲ ਪਿਆ, ਮੋੜ ਦਾਂਗਾ ਪੈਸੇ ਉਹਦੇ ਵੀ। ਕੋਈ ਨਹੀਂ, ਆ ਜਿੰਨੇ ਕੁ ਹੈਗੇ ਆ ਮੈਂ ਕੱਲ੍ਹ ਨੂੰ ਦੇ ਆਊਂਗੀ ਉਹਨੂੰ। ਹਾਂ, ਅਤੇ ਬੇਬੇ ਕਿੱਥੇ ਆ? ਬੇਬੇ ਤਾਂ ਸੁੱਤੀ ਪਈ ਆਪਦੀ ਦਵਾਈ ਲੈ ਕੇ, ਨਾਲੇ ਬਹੁਤ ਫਰਕ ਪੈ ਗਿਆ ਹੁਣ ਤਾਂ ਦਵਾਈ ਨਾਲ, ਅਤੇ ਤੁਸੀਂ ਐਵੇਂ ਜਗਾਉਣਾ ਦਿਓ ਬੇਬੇ ਨੂੰ। ਆ ਫੜਾਓ ਟੀਫਨ ਜਾ, ਮੈਂ ਬਣਾਉਣਾ ਜਾ ਕੇ ਸਬਜ਼ੀ, ਭੁੱਖ ਲੱਗੀ ਹੋਊਗੀ ਹੈ ਨਾ, ਮੈਂ ਰੋਟੀ ਬਣਾਉਂਦੀ ਹਾਂ। ਲੈ ਬੇਬੇ ਜਲਦੀ ਜਲਦੀ ਠੀਕ ਹੋ ਜਾ, ਮੇਰਾ ਤੇਰੇ 'ਚ ਧਿਆਨ ਰਹਿੰਦਾ। ਨਾਲੇ ਕਹਿੰਦੀ ਮੈਂ ਤੰਗ ਕਰਦੀ ਹਾਂ ਤੁਹਾਨੂੰ, ਬੇਬੇ ਸਾਡੇ ਵੀ ਫਰਜ਼ ਬਣਦੇ ਨੇ ਕੁਛ, ਹੁਣ ਤੈਨੂੰ ਸਹਾਰੇ ਦੀ ਲੋੜ ਆ, ਨਾਲੇ ਮੇਰਾ ਤਾਂ ਇੱਥੇ ਦੁਨੀਆ 'ਤੇ ਹੈ ਹੀ ਕੌਣ, ਇੱਕ ਤੂੰ ਆ ਅਤੇ ਇੱਕ ਮਨਪ੍ਰੀਤ ਆ। ਕੋਈ ਨਾ ਬੇਬੇ, ਹੋ ਜਾਏਗੀ ਠੀਕ ਚੱਲਦੇ। ਥੋੜੀ ਜਿਹੀ ਲਿਆ ਦੇ ਮੈਨੂੰ। ਦੇਖ ਤਾਂ ਲੈ ਬੇਬੇ, ਸਿਰਫ 2 ਗੁੱਟਾਂ ਪਾ ਕੇ ਲਿਆਈਆਂ, ਮੈਨੂੰ ਪਤਾ ਤੂੰ ਮੈਨੂੰ ਮਨਾ ਹੀ ਕਰਨਾ ਸੀ ਵੀ ਮੈਂ ਪੀਣੀ ਨਹੀਂ, ਆ ਫੜ। ਪੁੱਤ ਮੇਰਾ ਕਿਹੜਾ ਜੀ ਨਹੀਂ ਕਰਦਾ ਖਾਣ ਨੂੰ, ਜਿਹੜਾ ਮੇਰਾ ਚਿੱਤੇ ਨਹੀਂ ਆਉਂਦਾ। ਲੈ ਜੇ ਕੁਛ ਖਾਇਆ ਪੀਆ ਕਰੇਂਗੀ ਨਾ ਤਾਂ ਹੀ ਠੀਕ ਹੋਏਗੀ ਜਲਦੀ, ਆਏ ਹੁਣ ਖਾਣ ਪੀਣ ਛੱਡ ਕੇ ਥੋੜ੍ਹੀ ਤੂੰ ਠੀਕ ਹੋ ਜਾਏਗੀ, ਦਵਾਈਆਂ ਲਈ ਜਾਂਦੀ ਹਾਂ ਅਤੇ ਖਾਣਾ ਪੀਣਾ ਆਖਿਰ ਮੈਂ ਕੁਛ ਨਹੀਂ। ਨਾਲੇ ਐਵੇਂ ਨਾ ਮਾੜੀ ਮਾੜੀ ਗੱਲ ਦੀ ਟੈਨਸ਼ਨ ਲਈ ਜਾਇਆ ਕਰ, ਆਏ ਫਿਰ ਸਾਡਾ ਵੀ ਹੌਸਲਾ ਜਿਹਾ ਟੁੱਟ ਜਾਂਦਾ। ਬੇਬੇ ਠੀਕ ਆ ਹੁਣ ਤੂੰ, ਅਸਰ ਹੋਣ ਲੱਗ ਗਿਆ ਦਵਾਈ ਤੇਰੇ ਤੇ? ਪੁੱਤ ਹਜੇ ਕਿੱਥੇ ਠੀਕ ਆਂਗੀ, ਅੱਛਾ ਜੇ ਤਾਂ ਅਸੀਂ ਕੰਮੀ ਜਾਂਦੇ ਨੇ, ਪਤਾ ਨਹੀਂ ਕਮਜ਼ੋਰੀ ਕਰਕੇ ਕੁਛ ਨਹੀਂ ਹੁੰਦਾ, ਹੌਲੀ ਹੌਲੀ ਹੋ ਜਾਏਗੀ ਠੀਕ। ਆਪਣੇ ਕਿਹੜਾ ਇੱਥੇ ਤਾਂ ਦੁੱਧ ਮੱਖਣ ਪਿਆ ਵੀ ਆਪਾਂ ਪੀਂਦੇ ਹਾਂ, ਕਮਜ਼ੋਰੀ ਤਾਂ ਬੇਬੇ ਆਊਗੀ। ਕੋਈ ਨਹੀਂ, ਮੈਂ ਵੀ ਨਾ ਇਹੀ ਗੱਲਾਂ ਸਮਝਾ ਕੇ ਹਟੀ ਹਾਂ ਬੇਬੇ ਨੂੰ ਵੀ ਕਿੱਥੇ ਤਾਂ ਤੂੰ ਸਾਨੂੰ ਹੌਸਲਾ ਦੇਣਾ ਅਤੇ ਕਿੱਥੇ ਤੂੰ ਆਪ ਢੇਰੀ ਢਾਹ ਕੇ ਬੈਠ ਜਾਂਦੀ ਆ, ਫਿਰ ਤੈਨੂੰ ਦੇਖ ਦੇਖ ਕੇ ਸਾਡਾ ਵੀ ਮਨ ਖਰਾਬ ਹੁੰਦਾ। ਪੁੱਤ ਮੇਰੇ ਤਾਂ ਝੱਲੇ ਜਾਂਦੇ ਤੇਰੇ ਹਾਲਾਤ ਦੇਖ ਕੇ। ਓਹੋ ਬੇਬੇ, ਹੁਣ ਕੰਮ ਮਿਲਦਾ ਗਿਆ, ਹੌਲੀ ਹੌਲੀ ਠੀਕ ਹੋਊ ਸਾਰਾ ਕੁਛ, ਐਂ ਨਾ ਫਿਕਰ ਕਰਿਆ ਕਰ। ਮਨਪ੍ਰੀਤ ਹਾਂ, ਮੈਂ ਚਾਹ ਲਿਆ ਕੇ ਦਿੰਦੀ ਹਾਂ ਤੁਹਾਨੂੰ ਅਤੇ ਤੁਹਾਡੀ ਰੋਟੀ ਵੀ ਬਣੀ ਪਈ ਆ। ਨਾਲੇ ਮੇਰੀ ਗੱਲ ਸੁਣੋ, ਧਿਆਨ ਨਾਲ ਕੰਮ ਕਰਿਆ ਕਰੋ ਉੱਥੇ, ਠੀਕ ਆ? ਨਾਲੇ ਐਂ ਕਰ ਪੁੱਤ, ਇੱਕ ਅੱਧੀ ਰੋਟੀ ਖਾ ਕੇ ਜਾਇਆ ਕਰ। ਨਹੀਂ ਬੇਬੇ, ਉਹ ਮੈਂ ਸੀਡੀ ਕਦਾਉਣਾ ਵਿਚਾਰਾ, ਉੱਥੇ ਹੀ ਖਾ ਲੂੰਗਾ ਰੋਟੀ ਉਹਦੇ ਨਾਲੇ, ਨਾਲੇ ਹੁਣ ਭੁੱਖ ਜੀ ਨਹੀਂ ਹੈਗੀ।
ਓਏ ਮੇਸੀ, ਆ ਦੋ ਦੋ ਇੱਟਾਂ ਚੱਕ ਕੇ ਨਹੀਂ ਕੰਮ ਸਰਨਾ, ਵੱਧ ਚੱਕ ਲਾ। ਉਹ ਮੇਰੀ ਗੱਲ ਸੁਣ, ਐਵੇਂ ਕਾਲੀ ਨਾ ਕਰ, ਆ ਤਿਲਕਣ ਬੜੀ ਆ, ਸੱਟ ਸੁੱਟ ਲਵਾਲੇਗਾ। ਅਰੇ ਰੱਖ ਲਾ, ਕੱਟੇ ਚੱਕ ਲਿਆ। ਮੈਂ ਤਾਂ ਬਾਈ ਘੱਟ ਹੀ ਚੱਕੂੰਗਾ, ਤੇਰੀ ਮਰਜ਼ੀ ਆ। ਉਹ ਲਾਲੀ, ਉਹ ਕੀ ਗੱਲ ਹੋ ਗਈ ਯਾਰ, ਤੁਸੀਂ ਵੀ ਨਾ ਕਾਹਲੀ ਕਰਦੇ ਹੋ ਕੰਮ ਕਰਨ ਦੀ, ਲਾਲਚ ਬਹੁਤ ਕਰਦਾ ਕੰਮ ਦਾ। ਚੱਲ ਖੜਾ ਹੋ, ਮਰਵਾਲੀ ਨਾ ਸੱਟ ਹੁਣ। ਕੀ ਗੱਲ ਹੋ ਗਈ? ਉਹ ਧਿਆਨ ਨਾਲ ਕੰਮ ਨਹੀਂ ਕਰਦੇ, ਹੋਰ ਕੀ। ਉਹ ਲਾਲੀ, ਤੈਨੂੰ ਮੈਂ ਕਹੀ ਵੀ ਜਾਂਦਾ ਸੀ ਥੋੜ੍ਹੀਆਂ ਚੱਕ ਲਾ, ਥੋੜ੍ਹੀਆਂ ਚੱਕ ਲਾ, ਤੂੰ ਕਿਹੜੀ ਮੜੀ ਬਣਦਾ ਹੈ, ਉਹ ਤਾਂ ਲਾਲਚ ਕਰੀ ਜਾਂਦਾ ਸੀ। ਲੈ ਠੇਕੇਦਾਰ ਸਾਹਿਬ, ਇਹਨੂੰ ਪੱਟੀ ਕਰਾ ਦਿੰਦੇ। ਉਹ ਮੈਨੂੰ ਵੀ ਐਂ ਲੱਗਦਾ ਵੀ ਇਹਦੇ ਪੈਰ 'ਤੇ ਸੱਟ ਵੱਜੀ, ਤੂੰ ਐਂ ਕਰ ਇਹਨੂੰ ਡਾਕਟਰ ਕੋਲ ਲੈ ਜਾ, ਅਤੇ ਆ ਲੈ ਆ ਫੜ ਪੈਸੇ। ਤੈਨੂੰ ਮੇਰੀ ਗੱਲ ਸੁਣੋ, ਤੂੰ ਵਾਪਸ ਆ ਜੀ ਚੰਗਾ, ਇਹਨੂੰ ਛੱਡ ਕੇ। ਚੰਗਾ ਠੇਕੇਦਾਰ, ਕੰਮ ਬਹੁਤ ਪਿਆ ਕਰਨ ਵਾਲਾ। ਚੰਗਾ ਜੀ, ਹਾਂ ਠੇਕੇਦਾਰ ਸਾਹਿਬ, ਮੇਰੀ ਕੋਈ ਗਲਤੀ ਨਹੀਂ, ਇਹਦਾ ਪੈਰ ਜਾਂ ਤਿਲਕ ਗਿਆ ਜੀ। ਚੱਲ ਕੋਈ ਗੱਲ ਨਹੀਂ, ਹੋ ਜਾਓ ਠੀਕ, ਡਾਕਟਰ ਤੋਂ ਵਿਖਾਉਣੇ ਜਾ। ਚੱਲ ਧਿਆਨ ਨਾਲ ਲੈ ਜੀ ਚੰਗਾ ਇਹਨੂੰ। ਚੰਗਾ ਜੀ, ਚੰਗਾ, ਧਿਆਨ ਨਾਲ ਕੰਮ ਨਹੀਂ ਕਰਦੇ। ਉਹ ਚੱਲ ਤੁਸੀਂ ਤਾਂ ਕਰ ਲਓ ਕੰਮ। ਚੱਲ ਆ, ਚੱਲ ਆ ਜੀ, ਧਿਆਨ ਧਿਆਨ। ਕੀ ਹੋ ਗਿਆ ਜੀ? ਉਹ ਮਨਪ੍ਰੀਤ, ਉਹਦਾ ਪੈਰ ਤੋਂ ਯਾਰ ਪੈਰ ਜਿਹਾ ਤਿਲਕ ਗਿਆ, ਉਹ ਥੱਲੇ। ਹਾਏ ਰੱਬਾ ਮੇਰਿਆ, ਜ਼ਿਆਦਾ ਸੱਟ ਤਾਂ ਨਹੀਂ ਲੱਗੀ? ਨਾ ਨਾ, ਉਹ ਥੋੜ੍ਹੀ ਆ, ਕੋਈ ਜ਼ਿਆਦਾ ਨਹੀਂ ਹੈਗੀ। ਕੋਈ ਗੱਲ ਨਹੀਂ ਮਨਪ੍ਰੀਤ, ਬੈਠ ਕੇ ਗੱਲ ਕਰਦੇ, ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਸੱਟ ਹੀ ਆ, ਆ ਜਾ ਅੰਦਰ ਲੈ। ਐਵੇਂ ਕਹੀ ਜਾਂਦੇ ਆ ਥੋੜ੍ਹੀ ਜਿਹੀ ਸੱਟ ਲੱਗੀ ਆ, ਮੈਨੂੰ ਲੱਗਦਾ ਵੀ ਸੱਟ ਬਹੁਤ ਜ਼ਿਆਦਾ ਲੱਗੀ ਆ ਤੁਹਾਡੇ। ਉਹ ਨਹੀਂ ਮਨਪ੍ਰੀਤ, ਐਵੇਂ ਸੋਚ ਹੀ ਨਾ ਕਰ, ਥੋੜ੍ਹੀ ਆ ਸੱਟ, ਨਾਲੇ ਰੌਲਾ ਨਾ ਪਾ, ਬੇਬੇ ਨੂੰ ਪਤਾ ਲੱਗ ਜੂਗਾ। ਉਹ ਕੋਈ ਗੱਲ ਨਹੀਂ ਮਨਪ੍ਰੀਤ, ਟੈਨਸ਼ਨ ਨਾ ਲੈ, ਇੱਕ ਦੋ ਦਿਨ ਤੱਕ ਠੀਕ ਹੋ ਜੂਗਾ ਜੀ। ਬਾਈ ਤੂੰ ਤਾਂ ਦਿਹਾੜੀ ਪੂਰੀ ਕਰਕੇ ਆ ਯਾਰ, ਤੂੰ ਕਿਉਂ ਅੱਧੀ ਦਿਹਾੜੀ ਛੱਡੀ ਆ, ਜਾ ਵੀਰ ਬਣ ਕੇ। ਹਾਂ ਗੱਲ ਤਾਂ ਤੇਰੀ ਠੀਕ ਹੈ ਲਾਲੀ ਬਾਈ, ਮੈਂ ਜਾਣਾ। ਚੰਗਾ ਫਿਰ, ਧਿਆਨ ਰੱਖੀ ਆਪਣਾ ਮਨਪ੍ਰੀਤ, ਖਿਆਲ ਰੱਖੀ ਰੱਖ, ਚੰਗਾ। ਕੋਈ ਨਹੀਂ ਵੀਰੇ। ਗੱਲ ਸੁਣ ਮਨਪ੍ਰੀਤ, ਆ ਸੱਟ ਬਾਰੇ ਬੇਬੇ ਨੂੰ ਦੱਸੀ? ਮੈਨੂੰ ਤਾਂ ਚੁੱਪ ਕਰਾ ਲਉਂਗੀ, ਮੈਂ ਤਾਂ ਨਹੀਂ ਦੱਸਦੀ ਬੇਬੇ ਨੂੰ ਕੁਛ ਵੀ, ਪਰ ਹੁਣ ਸੱਟ ਲੱਗੀ ਕਰਕੇ ਤੁਸੀਂ ਕਿਹੜਾ ਕੰਮ 'ਤੇ ਜਾ ਸਕੋਗੇ, ਘਰੇ ਫਿਰਦਿਆਂ ਨੂੰ ਤਾਂ ਬੇਬੇ ਦੇਖੂਗੀ ਨਾ। ਉਹ ਚੱਲ ਕੋਈ ਨਹੀਂ, ਮੇਰੀ ਨਿਗਾਹ 'ਚ ਇੱਕ ਕੰਮ ਹੈਗਾ ਜਿਹੜਾ ਮੈਂ ਸੱਟ ਲੱਗੀ 'ਤੇ ਵੀ ਕਰ ਸਕਦਾ। ਇਹੋ ਜਿਹਾ ਕਿਹੜਾ ਕੰਮ ਆ ਹੁਣ ਤੁਹਾਡੀ ਨਿਗਾਹ 'ਚ? ਉਹ ਯਾਰ ਇੱਕ ਸਬਜ਼ੀ ਵਾਲੀ ਦੁਕਾਨ 'ਤੇ ਬੰਦੇ ਦੀ ਲੋੜ ਆ, ਜੇ ਉਹਨਾਂ ਨਾ ਕੋਈ ਰੱਖਿਆ ਹੋਇਆ ਤਾਂ ਮੈਂ ਗੱਲ ਕਰਕੇ ਦੇਖਦਾ। ਚੱਲ ਕੋਈ ਨਹੀਂ, ਹੁਣ ਤੁਸੀਂ ਆਪਦਾ ਦਵਾਈ ਲੈ ਕੇ ਆਰਾਮ ਕਰੋ, ਫਿਰ ਹੌਲੀ ਹੌਲੀ ਸੁਬਾਹ ਵਗ ਜਾਓ। ਪਤਾ ਨਹੀਂ ਰੱਬ ਵੀ ਚੰਦਰਾ ਕਿਉਂ ਵੈਰੀ ਬਣਿਆ ਬੈਠਿਆ, ਦੋ ਦਿਨ ਕੰਮ ਮਸਾਂ ਮਿਲਦਾ, ਕੋਈ ਨਾ ਕੋਈ ਅੜਚਣ ਵਿੱਚ ਆ ਜਾਂਦੀ। ਉਹ ਚੱਲ ਕੁਛ ਨਹੀਂ ਹੁੰਦਾ, ਆਪੇ ਠੀਕ ਹੋ ਜੂ ਸਾਰਾ ਕੁਛ। ਲੈ ਬਾਈ, ਲਾਲੀ। ਹਾਂਜੀ ਯਾਰ, ਬੰਦਾ ਤੂੰ ਇਮਾਨਦਾਰ ਹੈ, ਇੰਨੀ ਸੱਟ ਲੱਗਣ ਦੇ ਬਾਵਜੂਦ ਵੀ ਬੜੀ ਮਿਹਨਤ ਕਰ ਰਿਹਾ ਯਾਰ, ਮੈਨੂੰ ਖੁਸ਼ੀ ਹੋਈ ਤੈਨੂੰ ਦੇਖ ਕੇ। ਐਂ ਕਰ, 6:30 ਹੋ ਗਏ, ਘਰੇ ਵਗ ਜਾ ਟਾਈਮ ਨਾਲ, ਚੱਕ। ਠੀਕ ਹੈ ਜੀ, 200 ਰੁਪਏ ਵੱਧ ਹੀ ਲੈ ਮੇਰੇ ਤੋਂ। ਸ਼ੁਕਰੀਆ ਜੀ, ਕੋਈ ਨਹੀਂ, ਟਾਈਮ ਨਾਲ ਆਇਆ ਕਰ। ਠੀਕ ਹੈ ਜੀ, ਠੀਕ ਹੈ। ਇਹੋ ਜਿਹੇ ਬੰਦੇ ਕਿੱਥੇ ਮਿਲਦੇ ਨੇ ਦੁਨੀਆਂ 'ਤੇ। ਚੱਲ ਮੈਂ ਸਾਂਭਦਾ ਕੰਮ ਆਪਦਾ।
ਬਾਕੀ ਪਿਆ ਲੱਗਦਾ ਕਿਸੇ ਦਾ ਬੈਗ ਕੋਈ ਭੁੱਲ ਗਿਆ ਇੱਥੇ। ਚੱਲ ਹੁਣ ਤਾਂ ਰੋਜ਼ ਕੰਮ 'ਤੇ ਆਉਂਦੇ ਹਾਂ, ਸਵੇਰੇ ਪੁੱਛ ਲਾਂਗੇ ਕਿਸ ਤੋਂ ਕਿਹਦਾ ਇਹ। ਟਾਈਮ ਸਿਰ ਆ ਬੰਦੂਆਂ ਦੀ ਸਕੀਵੀ ਜੀ, ਮੈਨੂੰ 250 ਰੁਪਈਆ ਬਣ ਜੂ, ਪਰ ਕਿੱਥੇ ਚੱਬਖਾਨਾ ਮੈਨੂੰ ਤਾਂ ਨਹੀਂ ਲੱਗਦਾ ਬਣੂਗੀ ਇਹ। ਜਦੋਂ ਨੂੰ ਬੁਣਨ ਲੱਗਦੀਆਂ ਉਦੋਂ ਨੂੰ ਆ ਉਲਝ ਜਾਂਦੀ ਪੱਛਮ ਜੀ ਸਾਰੀ, ਚੱਬਖਾਨਾ ਸਾਰੇ ਗੁੰਡੇ ਨਿਕਲ ਗਏ। ਹੋਰ ਮਨਪ੍ਰੀਤ ਕਿਵੇਂ ਆ? ਬਸ ਤਪਾਇਆ ਪਿਆ ਮੈਨੂੰ ਤਾਂ ਇਹਨੇ ਪੱਛਮ ਜੀ ਨੇ। ਅੱਛਾ, ਨਾ ਨਾਲੇ ਮੇਰੀ ਗੱਲ ਸੁਣੋ, ਸੁਬਾਹ ਦੇ ਗਏ ਹੋ ਅਖੇ, ਮੈਂ ਕੰਮ ਦਾ ਪਤਾ ਕਰਕੇ ਆਉਣਾ ਵੀ, ਜੇ ਬੰਦੇ ਨੇ ਪਤਾ ਕਰ ਲਿਆ ਤੇ ਬੰਦਾ ਘਰੇ ਮੁੜ ਆਵੇ, ਜਦੋਂ ਚੰਗਾ ਭਲਾ ਪਤਾ ਵੀ ਮੇਰਾ ਪੈਰ ਦੁਖਦਾ, ਫਿਰ ਉੱਥੇ ਫਿਰਨ ਦਾ ਕੀ ਫਾਇਦਾ ਸੀਗਾ ਦੱਸ। ਉਹ ਯਾਰ ਤੈਨੂੰ ਇਹੀ ਗੱਲ ਦੱਸਣੀ ਸੀ, ਮੈਨੂੰ ਤਾਂ ਉਹਨਾਂ ਦੇ ਕੰਮ 'ਤੇ ਰੱਖੇ ਲਿਆ, ਕਹਿੰਦਾ ਅੱਜੇ ਰਹਿ ਜਾ ਲੈ। ਅੱਛਾ, ਅਤੇ ਤੈਨੂੰ ਇੱਕ ਹੋਰ ਗੱਲ ਦੱਸਦਾ ਨਾਲੇ ਮੈਂ, ਜਦੋਂ ਮੈਂ ਰਸਤੇ 'ਚ ਆ ਰਿਹਾ ਸੀ ਨਾ, ਉੱਥੋਂ ਮੈਨੂੰ ਇੱਕ ਬੈਗ ਲੱਭਿਆ, ਪਤਾ ਨਹੀਂ ਕਿਹਦਾ ਵਿਚਾਰੇ ਦਾ ਹੋਊਗਾ, ਮੈਂ ਕਿਹਾ ਚੱਲ ਕੇ ਤੂੰ ਹੋਰ ਨਾ ਕੋਈ ਲੈ ਜਾ ਚੱਕ ਕੇ। ਦੇਖਿਆ ਨਹੀਂ ਖੋਲ੍ਹ ਕੇ? ਨਾ ਦੇਖਿਆ ਤਾਂ ਹੈ ਨਹੀਂ ਮੈਂ ਤਾਂ ਖੋਲ੍ਹ ਕੇ, ਹੁਣ ਤਾਂ ਉਰੇ ਫੜਾਓ, ਦੇਖਿਆ ਕਿਉਂ ਨਹੀਂ ਤੁਸੀਂ ਖੋਲ੍ਹ ਕੇ? ਉਹ ਯਾਰ ਕਿਸੇ ਦਾ ਪਤਾ ਨਹੀਂ ਵਿਚਾਰੇ ਦਾ, ਕਾਗਜ਼ ਪੱਤਰ ਜੇ ਨੇ ਹੈ ਨਾ। ਹਾਂ ਪੈਸੇ, ਹੋਰ ਦੇਖ ਕੋਈ ਚੀਜ਼ ਜੇ ਕੋਈ, ਆਹ ਕਾਪੀ ਜੀ ਕੀ ਆ? ਹੋਊਗਾ ਕੁਛ ਅਗਲੇ ਦਾ, ਇਹ ਤਾਂ ਇਹ ਕਾਪੀਆਂ ਜਿਹੀਆਂ ਨਾ ਉਹ ਹੁੰਦੀਆਂ ਜਿਨ੍ਹਾਂ ਨਾਲ ਲੋਕ ਬਾਹਰ ਜਾਂਦੇ, ਪਾਸਪੋਰਟ ਹੈ। ਅੱਛਾ, ਹੋਊਗਾ ਕਿਸੇ ਦਾ ਪਕ ਲੈਣਾ ਹੋਰ ਨਾ, ਕਿਸੇ ਦਾ ਵਿਚਾਰੇ ਦਾ ਚੱਲ ਲੋੜਬੰਦੀ ਹੋਊਗਾ ਜੀ। ਇਹ ਫੋਨ ਫੋਨ ਨਹੀਂ, ਆਈ ਫੋਨ ਕਹਿੰਦੇ ਇਹਨੂੰ ਤਾਂ। ਅੱਛਾ ਜੀ, ਹਾਂ ਆਵੇ ਨਾਲ ਦੇ ਗਵਾਂਢੀਆਂ ਦੀ ਨੂੰਹ ਨਹੀਂ ਚੱਕੀ ਫਿਰਦੀ ਹੁੰਦੀ, ਵੱਡੇ ਜੇ ਸੇਬ ਵਾਲਾ ਆਵੇ। ਉਹ ਚੱਲ ਰੱਖ ਦੇ ਵਿੱਚ, ਮੈਂ ਆਪੇ ਪਤਾ ਕਰਨ ਨੂੰ ਕਿਹਦਾ ਹੈਗਾ। ਆਪਾਂ ਕੀ ਕਰਨਾ ਯਾਰ ਇਹਦਾ, ਆਪਾਂ ਆਖੇ ਕੀ ਕਰਨਾ, ਕਮਲਾ ਜੇ ਆਪਾਂ ਨੂੰ ਚਲਾਉਣਾ ਨਹੀਂ ਆਉਂਦਾ ਤੇ ਆਪਾਂ ਨੂੰ ਵੇਚ ਤਾਂ ਸਕਦੇ ਆ। ਉਹ ਨਾ ਵੇਚਣਾ ਵੂਚਣਾ ਯਾਰ, ਕਿਉਂ ਕਿਸੇ ਦਾ ਕੋਈ ਚੀਜ਼ ਆਪਾਂ ਵੇਚ ਕੇ ਪੈਸੇ ਆਉਣਗੇ ਆਪਣੇ ਕੋਲ, ਕਿਸੇ ਦੀ ਚੀਜ਼ ਹੁਣ ਜਦੋਂ ਅਗਲਾ ਭੁੱਲ ਹੀ ਗਿਆ ਦੱਸ, ਆਪਾਂ ਕਿਹੜਾ ਚੋਰੀ ਕੀਤੀ ਆ, ਆਪਾਂ ਤਾਂ ਅਗਲੇ ਦੀ ਚੀਜ਼ ਸਾਂਭ ਹੀ ਆ ਲਿਆ ਕੇ। ਉਹ ਨਾਲੇ ਆਪਾਂ ਨੂੰ ਕੋਈ ਆਵਾਜ਼ ਨਹੀਂ ਬੰਦ ਕਰਨੀ ਆਉਂਦੀ, ਨਾ ਚਲਾਉਣਾ ਆਵੇ ਨਾ ਕਰਨਾ ਆਵੇ, ਹੋਰ ਯਾਰ ਆਪਾਂ ਕੀ। ਮੈਂ ਆਪੇ ਕਰਾ ਲੂੰਗੀ ਸਾਰਾ ਕੁਛ, ਆਪੇ ਕਰਾ ਲੂੰਗੀ, ਕੋਈ ਨਹੀਂ, ਆਪਣੇ ਪਿੰਡ ਫੋਨ ਵਾਲੀਆਂ ਦੁਕਾਨਾਂ ਹੈਗਾ, ਉੱਥੇ ਲੈ ਜੀ, ਉੱਥੋਂ ਬੰਦ ਕਰਾ ਲਾਂਗੇ, ਵੱਜੀ ਜਾਣ 'ਤੇ ਜੇ ਵੱਜਦਾ ਤਾਂ ਕੁਛ ਨਹੀਂ ਹੁੰਦਾ ਗਾ, ਨਾਲੇ ਸੁਬਾਹ ਸ਼ਾਮ ਕਰਦੇ ਰਹਿੰਦੇ ਹਾਂ, ਹਾਏ ਰੱਬਾ ਸਾਡੀ ਸੁਣ ਲੈ, ਰੱਬਾ ਸਾਡੀ ਸੁਣ ਲੈ, ਰੱਬਾ ਸਾਨੂੰ ਕੁਛ ਦੇ ਦੇ, ਰੱਬ ਨੇ ਜੇ ਅੱਜ ਦਿੱਤਾ ਛੱਪੜ ਫਾੜ ਕੇ ਦਿੱਤਾ ਲੈ ਚੱਕ, ਪੈਸੇ ਫੋਨ ਵਾਹ ਮਰਜ਼ੀ ਹੈ ਤੇਰੀ, ਰੱਖ ਲਾ ਚੰਗਾ, ਕੱਲ ਨੂੰ ਵੀ ਨਾ ਫਸ ਜੀ ਕਿਤੇ। ਮੈਂ ਤਾਂ ਮਸਾਂ ਗਰੀਬੀ 'ਚੋਂ ਨਿਕਲੂੰਗੀ, ਹੋਰ ਸੌਣ ਲੱਗੇ, ਇੱਕ ਤੇਰਾ ਸਾਥ ਦੇਣ ਮਾਰੇ ਮੈਂ ਗਰੀਬੀ 'ਚ ਕੱਟਿਆ, ਨਹੀਂ ਮੈਂ ਨਹੀਂ ਦੇਖਦੀ ਸੀ। ਚੱਲ ਕੋਈ ਨਹੀਂ ਰੱਖ ਲਾ ਤੂੰ, ਮੈਨੂੰ ਇਹ ਸੀ ਤੂੰ ਇਕੱਲਾ ਰਹਿ ਜਾਏਗਾ, ਪਰ ਹੁਣ ਨਾ, ਹੁਣ ਪਹਿਲੀ ਵਾਰੀ ਪੈਸੇ ਆਏ, ਮੈਂ ਤਾਂ ਨਹੀਂ ਦਿੰਦੀ ਕਿਸੇ ਨੂੰ, ਸਾਂਭ ਕੇ ਰੱਖੂੰਗੀ ਤੈਨੂੰ। ਲੈ ਮੇਸ਼ੀ ਬਾਈ, ਮੈਂ ਤਾਂ ਲੱਗ ਗਿਆ ਉੱਥੇ ਸਬਜ਼ੀ ਵਾਲੀ ਦੁਕਾਨ 'ਤੇ। ਵੱਡੇ ਫੋਨ ਨੀ ਜਿਹੜੇ ਹੁੰਦੇ ਜਿਹਨੂੰ ਕੀ ਕਹਿੰਦੇ ਆ, ਅੱਧੇ ਸੇ ਵਾਲੇ,
ਅੱਛਾ 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 ਹਾਂ 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 ਆਈਫੋਨ ਕਹਿੰਦੇ ਖਣੀ ਹਾਂ ਹਾਂ ਉੱਤੋਂ ਫੜੇ ਗਏ ਲੋਕੇਸ਼ਨ ਆ ਜਾਂਦੀ ਕੀ ਭਾਜੀ ਲੋਕੇਸ਼ਨ ਲੋਕੇਸ਼ਨ ਆ ਜਾਂਦੀ ਅੱਛਾ ਯਾਰ ਉਹ ਤਾਂ ਕਹਿੰਦਾ ਕਿਤੇ ਕਿਰਨਾਂ ਜੀਆਂ ਆਉਂਦੀਆਂ ਆ ਅੱਛਾ ਉੱਤੋਂ ਪਤਾ ਲੱਗ ਜਾਂਦਾ ਸਾਰਾ ਹੀ ਉਹਦੇ ਨਾਲ ਫੜਿਆ ਜਾਂਦਾ ਬੰਦਾ ਓਏ ਲੈ ਓਏ ਨਾਂ ਦਾ ਕੀ ਕੰਮ ਆ ਪੁਲਿਸਾਂ ਨੇ ਰਿਪੋਰਟ ਦਿੱਤੀ ਹੋਵੇ ਤੇ ਅਗਲੇ ਇੱਕ ਮਿੰਟ 'ਚ ਫੜ ਲੈਂਦੇ ਆ ਉਹ ਤੇਰੀ ਸੱਟ ਕਿਵੇਂ ਨਾਲੇ ਓਏ ਸੱਟ ਠੀਕ ਆ ਬਾਈ ਮੈਨੂੰ ਥੋੜ੍ਹੀ ਕਾਲੀ ਹੈ ਯਾਰ ਮੈਂ ਫਿਰ ਮਿਲਦਾ ਤੁਹਾਨੂੰ ਕੱਲ੍ਹ ਨੂੰ ਹਾਂ ਹਾਂ ਸਾਰੀਆਂ ਪਾਥੀਆਂ ਗਿੱਲੀਆਂ ਪਈਆਂ ਵੀ ਕੀ ਇਹਨਾਂ ਨੂੰ ਮੈਂ ਬਾਲਾਂ ਦੱਸ ਮਨਪ੍ਰੀਤ ਮੈਂ ਦੱਸ ਉਹ ਫੋਨ ਕਿੱਥੇ ਆਪਣਾ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਸਾਹ ਕਿਵੇਂ ਚੜਾਇਆ ਉਹ ਯਾਰ ਫੋਨ ਦੱਸ ਤੂੰ ਕਿੱਥੇ ਆ ਮੈਂ ਨਾ ਮੇਸੀ ਤੋਂ ਉਹਨੇ ਦੱਸਿਆ ਕਹਿੰਦਾ ਵੀ ਉਹਦਾ ਫੜੇ ਜਾਂਦੇ ਕਹਿੰਦਾ ਉਹ ਕਿਰਨਾ ਕੁਰਨਾ ਹੀ ਚੱਲਦੀ ਉਹਦੇ ਵਿੱਚ ਕਿਤੇ ਮੈਨੂੰ ਲੱਗਿਆ ਕਿਸੇ ਨੂੰ ਫੋਨ ਬਾਰੇ ਪਤਾ ਲੱਗ ਗਿਆ ਵੀ ਤੁਸੀਂ ਭਕਾਈ ਮਾਰਤੀ ਕਿਸੇ ਕੋਲ ਨਾ ਯਾਰ ਮੈਂ ਨਹੀਂ ਪਕਾਇਆ ਤੂੰ ਆ ਜਾ ਫੋਨ ਦਿਖਾ ਪਾ ਮੈਨੂੰ ਆ ਜਾ ਦੁਕਾਨ ਤੇ ਆ ਫੋਨ ਲਾਈ ਓਏ ਆ ਜਾ ਕਿੱਥੇ ਆ ਫੋਨ ਲੈ ਫੋਨ ਨੂੰ ਦੱਸ ਮੈਂ ਕਿੱਥੇ ਅੱਗ ਲਾਉਣਾ ਜਿੱਦੇ ਦਾ ਬੈਗ ਜਾਂ ਮਿਲਿਆ ਮੈਂ ਤਾਂ ਆ ਰੱਖੀ ਬੈਠੀ ਇੱਥੇ ਹੀ ਲੈ ਕਮਰੇ 'ਚ ਮੈਂ ਕਦੇ ਵੜੀ ਨਹੀਂ ਮੈਂ ਤਾਂ ਗੇਟ ਲਾ ਦਿੰਦੀ ਨਹੀਂ ਕੋਈ ਆਵੇ ਨਾ ਸਾਹਮਣੇ ਦਾ ਤਾਂ ਰੱਖ ਰੱਖਿਆ ਅਜੇ ਕਦੀ ਫਸਦੀ ਨਹੀਂ ਮੈਂ ਜੇ ਤਾਂ ਦੇਖ ਤੂੰ ਚਾਹੁੰਦਾ ਵੀ ਆ ਫੋਨ ਲੈ ਕੇ ਕਿਸੇ ਨੂੰ ਵੇਚੇ ਵੂਚੇਗਾ ਜਾਂ ਅਗਲੇ ਨੂੰ ਮੋੜ ਦੇਗਾ ਇਹ ਤਾਂ ਨਹੀਂ ਮੈਂ ਫੋਨ ਦੇਣਾ ਉਹ ਮੋੜਦਾ ਕਾਹਨੂੰ ਆ ਇੱਕ ਵਾਰੀ ਦਿਖਾ ਤਾ ਮੈਨੂੰ ਨਾਲੇ ਮੱਛਰ ਦੀ ਨਾ ਰਿੰਗ ਦੀ ਬੰਦ ਨਹੀਂ ਹੋਈ ਮੇਰੇ ਤੋਂ ਵੱਜੀ ਜਾਂਦਾ ਪਤਾ ਨਹੀਂ ਕਦੋਂ ਬੰਦ ਹੋਊਗਾ ਭੁੱਲਾ ਯਾਦ ਆ ਉੱਪਰ ਤਾਰਾਂ ਹੀ ਹੱਥ ਆ ਰਹੀਆਂ ਨੇ ਉਹ ਕਹਿੰਦਾ ਵੀ ਜਦੋਂ ਇਹ ਰੇ ਰੂਨ ਜੀ ਚ ਹੁੰਦਾ ਕਹਿੰਦਾ ਵੀ ਉਹ ਕਿਰਨਾ ਕੁਰਨਾ ਜੀਆਂ ਪੈਂਦੀਆਂ ਨੇ ਕੋਈ ਫਸ ਜਾਣਾ ਅਸੀਂ ਕਿਵੇਂ ਫਸ ਜਾਂਦਾ ਬਸ ਫਿਰ ਦਿਮਾਗ ਤਾਂ ਫੇਰ ਨਹੀਂ ਤੇਰੇ ਕੋਲੇ ਆ ਚੱਕ ਮੜੇ ਆ ਚੱਕ ਇੱਥੇ ਕੀ ਕਰਦੀਆਂ ਆ ਚੱਕ ਲਾ ਤਾ ਬਿਲੇ ਫੋਨ ਤੇਰਾ ਕਿਹੜੀਆਂ ਰੇਂਜਾਂ ਤੇ ਇਹ ਠੀਕ ਆ ਨਾ ਇਹ ਤਾਂ ਹੁਣ ਕੀ ਪਤਾ ਲੱਗੂਗਾ ਚੱਲ ਇਹਨੂੰ ਨਾਲ ਦਿੰਦਾ ਉਹ ਤਾਂ ਲਾ ਦੇ ਜਾ ਕੇ ਨਾ ਆਦਾ ਕੰਮ ਕਰੋ ਆਹ ਕੱਲ ਦੇ ਪੈਸੇ ਜੇ ਤਾਂ ਫੋਨ ਜਾ ਕੀ ਆਇਆਗਾ ਹੋਰ ਹੀ ਸੋਚਿਆ ਚ ਪਿਆ ਤੂੰ ਚੱਲ ਚੰਗਾ ਇਹ ਹੁਣ ਮੇਰੇ ਹੱਥ ਚ ਆ ਗਿਆ ਇਹ ਨਹੀਂ ਕਿਸੇ ਪਾਸੇ ਜਾਂਦਾ ਫੋਨ ਫਾਨ ਠੀਕ ਆ ਬਸ ਧਿਆਨ ਰੱਖੀ ਤੂੰ ਚੰਗਾ ਚਲ ਜਾ ਆਪਦੇ ਕੰਮ ਤੇ ਜਾ ਚੰਗਾ ਉਹੀ ਨਾ ਕਿਸੇ ਕੋਲ ਭਕਾਈ ਮਾਰ ਦਿਓ ਵੀ ਸਾਨੂੰ ਆਹ ਕੁਝ ਮਿਲਿਆ ਚੰਗਾ ਲੋਕ ਤਾਂ ਬਾਲੇ ਕੁੱਤੇ ਆ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਗਰੀਬੀ ਚ ਵਿਚਾਰੇ ਬਾਹਰ ਨਿਕਲਦੇ ਕਿੱਥੇ ਜਰਨਗੇ ਸਾਨੂੰ ਮੇਸ਼ੀ ਬਾਈ ਜਿਹੜੀ ਤੂੰ ਕੱਲ੍ਹ ਗੱਲ ਕਰਦਾ ਸੀਗਾ ਵੀ ਯਾਰ ਉਹ ਕਿਰਨਾ ਕੁਰਨਾ ਜੀ ਨਾਲ ਫੋਨ 'ਚ ਫੜੇ ਜਾਂਦੇ ਨੇ ਉਹ ਤਾਂ ਚੋਰੇ ਸਦਾਈ ਹੋਊਗਾ ਜਿਹੜਾ ਫੜਿਆ ਗਿਆ ਉਹ ਕਿਤੇ ਹੋਰ ਦੱਬ ਦੁੱਬ ਦਿੰਦਾ ਜਾਂ ਇੱਥੇ ਟਰੰਕ ਟਰੁੰਕ ਧਰ ਦਿੰਦਾ ਸਦਾਈ ਨਾ ਵੇ ਤੇ ਉਹ ਸਦਾਈਆ ਹੁਣ ਤੇ ਕੀ ਆ ਸਾਇੰਸੀ ਬੜੀ ਵੱਧ ਗਈ ਆ ਤੂੰ ਭਾਵੇਂ ਮਿੱਟੀ 'ਚ ਨੱਪ ਦੇ ਬੰਦਾ ਨਹੀਂ ਬਣਦਾ ਇਹ ਤੇ ਪੱਕੀ ਗੱਲ ਆ ਫਿਰ ਵੀ ਫੜਿਆ ਜਾਂਦਾ ਲੈ ਤੇ ਮੈਂ ਤੈਨੂੰ ਝੂਠ ਬੋਲਦਾ ਹੈ ਮੈਂ ਕੰਮ ਤੇ ਜਾਂਦਾ ਮਾੜੀ ਮੋਟੀ ਨੌਲੇਜ ਮਿਲਦੀ ਰਹਿੰਦੀ ਆ ਐਵੇਂ ਕਿਵੇਂ ਥੋੜ੍ਹੀ ਕਿਤੇ ਮੇਛੀ ਦੱਸ ਉਹ ਚੰਗਾ ਓਏ ਮੇਰੇ ਕੋਲ ਟਾਈਮ ਨਹੀਂ ਹੈਗਾ ਗੱਲਾਂ ਦਾ ਭਰਾਵਾ ਮੈਂ ਤੇ ਕੰਮ ਕੁੰਮ ਤੇ ਜਾਂਦਾ ਰਹੀ ਨਾ ਥੱਕ ਥੁੱਕ ਜਾਈਦਾ ਤੂੰ ਤੇ ਸਬਜ਼ੀ ਵਾਲੀ ਦੁਕਾਨ ਤੇ ਛਿੱਟੇ ਮਾਰਨੇ ਆ ਚੰਗਾ ਮੈਂ ਚੱਲਦਾ ਚੱਲ ਚੰਗਾ ਓਏ ਹੋਰ ਵੀ ਤਗੜੀ ਕਰਤੀ ਚੱਲ ਭੱਜ ਯਾਰ ਮਨਪ੍ਰੀਤ ਯਾਰ ਮੈਂ ਤਾਂ ਐਂ ਸੋਚ ਰਿਹਾ ਵੀ ਜਿਹੜਾ ਫੋਨ ਜਾਂ ਬੈਗ ਜਾ ਆਪਣੇ ਵਾਸਤੇ ਵਿਪਤਾ ਬਣ ਗਿਆ ਹੁਣ ਦੇਖ ਲਓ ਆਪਾਂ ਰੁੱਖੀ ਮਿੱਸੀ ਖਾਂਦੇ ਸੀ ਵਧੀਆ ਸੌਂ ਜਾਂਦੇ ਹੁਣ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ ਮੈਂ ਸੋਚ ਰਿਹਾ ਵੀ ਜਿਹਦਾ ਹੈਗਾ ਲੱਭ ਕੇ ਫੜਾਇਆ ਮੈਂ ਲੈ ਦੱਸ ਘਰੇ ਆਈ ਚੀਜ਼ ਨੂੰ ਭਲਾ ਕੌਣ ਆਈ ਮੋੜਦਾ ਹੁੰਦਾ ਗਾ ਆਪਾਂ ਇੰਨਾ ਟਾਈਮ ਹੁਣ ਗਰੀਬੀ 'ਚ ਹੀ ਕੱਟਿਆ ਜੇ ਆਪਣੇ ਕੋਲ ਹੁਣ ਦੋ ਛਿੱਲੜ ਆ ਗਏ ਤਾਂ ਆਪਾਂ ਉਹਨਾਂ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੇ ਉਹ ਯਾਰ ਐਂ ਨਹੀਂ ਗੱਲ ਹੈਗੀ ਗੱਲ ਤਾਂ ਇਹ ਆ ਵੀ ਹੁਣ ਉਹਦੀ ਲੋਕੇਸ਼ਨ ਲੋਕੇਸ਼ਨਾਂ ਜੀ ਕਹਿੰਦੇ ਨੇ ਹੁੰਦੀਆਂ ਨੇ ਕਿਉਂਕਿ ਫੜੇ ਤਾਂ ਆਪਾਂ ਜਾਵਾਂਗੇ ਦੇਖ ਨਾਲੇ ਊਂ ਬਦਨਾਮੀ ਹੋਊਗੀ ਜਿੱਥੇ ਆਪਾਂ ਸਾਰੀ ਉਮਰ
ਸਬਰ ਦੇ ਵਿੱਚ ਕੱਟ ਲਈ, ਆਪਾਂ ਗਰੀਬੀ ਦੇ ਵਿੱਚ ਰਹਿ ਕੇ ਕੱਟ ਲਿਆ, ਹੁਣ ਆਪਾਂ ਇਹ ਥੋੜ੍ਹੀ ਚੀਜ਼ਾਂ ਪਿੱਛੇ ਆਪਾਂ ਕਾਹਨੂੰ, ਆਪਾਂ ਕਿਹੜਾ ਬਾਦਸ਼ਾਹ ਬਣ ਜਾਣਾ ਗਾ। ਨਾਲੇ ਲੋਕ ਕੀ ਕਹਿਣਗੇ ਵੀ ਸਾਰੀ ਉਮਰ ਇਮਾਨਦਾਰੀ ਨਾਲ ਜਿਉਂਦਾ ਰਿਹਾ, ਹੁਣ ਇੰਡ 'ਤੇ ਆ ਕੇ। ਮੇਰਾ ਜੀ ਤਾਂ ਨਹੀਂ ਕਰਦਾ ਵੈਸੇ ਵੀ ਤੁਹਾਡੀ ਹਾਮੀ 'ਚ ਹਾਮੀ ਭਰਾਂ। ਨਹੀਂ ਯਾਰ, ਮੈਨੂੰ ਚੰਗਾ ਹੀ ਲੱਗ ਰਿਹਾ। ਕਹਿੰਦੇ ਹੁੰਦੇ ਆ ਇੱਜ਼ਤ ਕਮਾਉਣੀ ਚਾਹੀਦੀ ਆ, ਪੈਸਿਆਂ ਦਾ ਕੀ ਆ, ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ। ਚੱਲ ਕੋਈ ਨਹੀਂ, ਆ ਜਾਓ, ਮੈਂ ਤੈਨੂੰ ਕੱਢ ਕੇ ਦਿੰਦੀ ਹਾਂ ਬੈਗ, ਜਾ ਲੈ ਜਾਓ ਤੁਸੀਂ ਆਪ। ਸਾਰਾ ਕੁਛ ਇਹਦੇ ਵਿੱਚ ਹੈ, ਅਤੇ ਉਹ ਜਿਹੜੀ ਕਾਪੀ ਜੀ ਕਹਿੰਦੇ ਸੀ ਨਾ ਤੁਸੀਂ, ਉਹਦੇ 'ਤੇ ਐਡਰੈਸ ਵੀ ਲਿਖਿਆ ਹੋਊਗਾ, ਪੁੱਛਣ ਦੀ ਕਿਸੇ ਤੋਂ ਲੋੜ ਨਹੀਂ, ਉਹ ਪੜ੍ਹਾ ਕੇ ਕਿਸੇ ਨੂੰ ਉੱਥੇ ਵਗ ਜਾਓ। ਠੀਕ ਆ ਮਨਪ੍ਰੀਤ, ਧੰਨਵਾਦ ਤੇਰਾ, ਤੂੰ ਯਾਰ ਮੇਰੇ ਹਰ ਦੁੱਖ ਸੁੱਖ ਦੇ ਵਿੱਚ ਸਾਥ ਦਿੰਦੀ ਆ, ਅਤੇ ਹੁਣ ਵੀ ਤੂੰ ਮੈਨੂੰ ਸਮਝਿਆ ਵੀ ਇੰਨੇ ਦਿਨ ਦਾ ਮੈਂ ਪਰੇਸ਼ਾਨ ਜਿਹਾ ਹੋਇਆ ਫਿਰਦਾ, ਧੰਨਵਾਦ। ਸਹੀ ਗੱਲ ਹੈ ਇਹਨਾਂ ਦੀ ਵੀ, ਜਦੋਂ ਅੱਜ ਤੱਕ ਇਹਨਾਂ ਨੇ ਹੱਕ ਦੀ ਕਮਾਈ ਨਾਲ ਸਾਰਾ ਕੁਛ ਕੀਤਾ, ਫਿਰ ਹੁਣ ਮੈਂ ਕਿਉਂ ਇਹਨਾਂ ਨੂੰ ਪੁੱਠੇ ਰਾਹ ਪਾਉਣ ਲੱਗੀ ਸੀ। ਚੱਲ ਕਿਸੇ ਦੀ ਚੀਜ਼ ਆ, ਅਗਲੇ ਨੂੰ ਮਿਲ ਜੂਗੀ, ਉਹ ਵੀ ਤਾਂ ਅਗਲਾ ਦੁਆਵਾਂ ਹੀ ਦੇਊਗਾ। ਨਾਲੇ ਪਤਾ ਨਹੀਂ ਕੋਈ ਜੇ ਕੰਮ ਦੇ ਕਾਗਜ਼ ਹੋਏ ਵਿੱਚ ਕਿੰਨੀਆਂ ਕੁ ਬਾਅਦ ਦੁਆਵਾਂ ਮਿਲਣੀਆਂ ਸੀ। ਡੈਡੀ ਯਾਰ ਤੁਹਾਡਾ ਵੀ ਸਿਰ ਹੀ ਪਿਆ ਹੈਗਾ, ਪਹਿਲਾਂ ਤੁਹਾਨੂੰ ਹੀ ਜ਼ੋਰ ਪਿਆ ਸੀ ਬਾਹਰ ਜਾ ਬਾਹਰ ਜਾ ਬਾਹਰ ਜਾ, ਹੁਣ ਬਾਹਰ ਦਾ ਜਦੋਂ ਫਾਈਲ ਲਾਉਣ ਲੱਗੇ ਉਹ ਪਾਸਪੋਰਟ ਵਾਲਾ ਸਾਰਾ ਬੈਗ ਤੁਸੀਂ ਪਤਾ ਨਹੀਂ ਕਿੱਥੇ ਰਸਤੇ 'ਚ ਗਿਰੇ। ਉਹ ਬਿਲਕੁਲ ਫੱਤੋ, ਮੈਨੂੰ ਪਤਾ ਨਹੀਂ ਲੱਗਿਆ ਯਾਰ, ਮੈਂ ਕਿਹੜਾ ਤੇ ਦੁਸ਼ਮਣ ਯਾਰ, ਮੈਂ ਤੁਹਾਨੂੰ ਭੇਜ ਕੇ ਰਾਜੀ ਹਾਂ ਵੀ ਤੂੰ ਬਾਹਰ ਜਾਵੇ ਪਤਾ। ਉਹ ਦੁਸ਼ਮਣ ਦੀ ਗੱਲ ਨਹੀਂ ਹੈ ਡੈਡੀ, ਮੈਂ ਤੁਹਾਨੂੂੰ ਕਿੰਨੇ ਵਾਰ ਕਿਹਾ ਵੀ ਦਾਰੂ ਪੀ ਕੇ ਬਾਹਰ ਅੰਦਰ ਨਾ ਜਾਇਆ ਕਰੋ, ਦਾਰੂ ਪੀਤੀ ਹੋਈ ਦੀ ਪਤਾ ਨਹੀਂ ਕਿੱਥੇ ਰਸਤੇ 'ਚ ਡਿੱਗ ਗਏ ਹੁਣ, ਅਤੇ ਨਾ ਹੁਣ ਇੰਨੇ ਟਾਈਮ 'ਚ ਮੇਰਾ ਪਾਸਪੋਰਟ ਬਣੇ। ਕੋਈ ਗੱਲ ਨਹੀਂ, ਮੈਂ ਕਰਦਾ ਗੱਲ, ਕਰਦਾ ਇੰਤਜ਼ਾਮ, ਕੋਈ ਨਾ ਕੋਈ ਕਰੂੰਗਾ। ਕੀ ਕਰੋਗੇ, ਦਫ਼ਤਰ 'ਚ ਜਾਊਂਗੇ ਉੱਥੇ ਜਾ ਕੇ ਵੀ ਸਾਡੇ ਮੁੰਡੇ ਦਾ ਪਾਸਪੋਰਟ ਦੇ ਦਿਓ ਯਾਰ, ਐਫ ਆਈ ਆਰ ਦਰਜ ਕਰਾ ਦਿੱਤੀ ਮੈਂ, ਆਪਾਂ ਫੋਟੋ ਕਾਪੀ ਦੇ ਕੇ ਰਿਨਿਊ ਕਰਵਾ ਲੈਂਦੇ ਹਾਂ। ਏਜੰਟ ਦੇ ਵਾਰ ਵਾਰ ਫੋਨ ਆ ਰਹੇ ਨੇ, ਕੀ ਕਹਾਂ ਉਹਨੂੰ ਵੀ ਸਾਡੇ ਪਾਪਾ ਨੇ ਤਾਂ ਸਾਡਾ ਬੈਗ ਡੇਗ ਦਿੱਤਾ ਜਿਹਦੇ ਵਿੱਚ ਪਾਸਪੋਰਟ ਸੀ। ਹੈ ਸੋਰੀ ਯਾਰ, ਮੈਨੂੰ ਕਿਹੜਾ ਪਤਾ ਸੀ ਯਾਰ ਪੁੱਤਰਾ ਵੀ ਡਿੱਗ ਜਾਣਾ ਯਾਰ। ਹਾਂ ਬਈ, ਕਾਕਾ ਆ ਤੈਨੂੰ ਕਿੱਥੇ ਮਿਲਿਆ? ਉਹ ਜੀ ਮੈਂ ਕੰਮ ਤੋਂ ਜਾ ਰਿਹਾ ਸੀ ਜੀ, ਰਸਤੇ ਦੇ ਵਿੱਚ ਪਿਆ ਸੀ ਸੜਕ 'ਤੇ ਜੀ, ਉੱਥੋਂ ਮਿਲਿਆ ਜੀ। ਧੰਨਵਾਦ ਤੇਰਾ ਯਾਰ, ਇੱਧਰ ਬੈਠ ਯਾਰ। ਪੁੱਤਰ ਤੈਨੂੰ ਨਹੀਂ ਪਤਾ ਹੈਗਾ ਆਹ ਬੈਗ ਮੇਰੇ ਲਈ ਇੰਨਾ ਕੀਮਤੀ ਨਹੀਂ ਸੀਗਾ ਜਿੰਨਾ ਮੈਨੂੰ ਪਾਸਪੋਰਟ ਕੀਮਤੀ ਸੀਗਾ। 25-30 ਲੱਖ ਲੱਗਿਆ ਹੋਇਆ ਸੀਗਾ, ਮੇਰੇ ਬੇਟੇ ਨੇ ਅਮਰੀਕਾ ਜਾਣਾ ਸੀਗਾ, ਜੇ ਨਾ ਮਿਲਦਾ ਤਾਂ ਇਹਦੇ ਸੁਪਨੇ ਤਾਂ ਅਧੂਰੇ ਰਹਿ ਜਾਣੇ ਸੀਗੇ। ਮੈਨੂੰ ਇੰਨਾ ਚੰਗਾ ਸੀ ਮੇਰਾ ਪੁੱਤ ਬਾਹਰ ਜਾਵੇ, ਮੈਂ ਤੇਰਾ ਧੰਨਵਾਦ ਕਿਵੇਂ ਕਰਾਂ ਮੈਨੂੰ ਨਹੀਂ ਪਤਾ ਲੱਗ ਰਿਹਾ। ਅਤੇ ਪੁੱਤਰ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ, ਕੁਝ ਦੱਸ ਕੀ ਚਾਹੀਦਾ ਤੈਨੂੰ? ਨਾ ਜੀ, ਤੁਹਾਡਾ ਸਮਾਨ ਤੁਹਾਡੇ ਤੱਕ ਪਹੁੰਚ ਗਿਆ ਜੀ, ਹੁਣ ਤੁਹਾਡੇ ਚਿਹਰੇ 'ਤੇ ਜਿਹੜੀ ਖੁਸ਼ੀ ਆ, ਇਸ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ ਮੇਰੇ ਲਈ ਜੀ। ਨਹੀਂ ਨਹੀਂ ਸ਼ੇਰਾ, ਤੈਨੂੰ ਵੀ ਪਤਾ ਹੈਗਾ ਆਹ ਮੇਰੀ ਗਲਤੀ ਕਾਰਨ ਬੈਗ ਡਿੱਗਿਆ ਸੀਗਾ, ਮੇਰੇ ਪੁੱਤ ਦੀਆਂ ਖੁਸ਼ੀਆਂ ਖੋਈਆਂ ਗਈਆਂ ਸੀਗੀਆਂ। ਫਿਰ ਵੀ ਤੂੰ ਦੱਸ ਕੀ ਚਾਹੀਦਾ ਤੈਨੂੰ, ਜੋ ਮੰਗਾ ਉਹੀ ਮਿਲੂਗਾ ਤੈਨੂੰ। ਲੈ ਬੇਬੇ, ਜਲਦੀ ਜਲਦੀ ਠੀਕ ਹੋ ਜਾ, ਮੇਰਾ ਤੇਰੇ 'ਤੇ ਧਿਆਨ ਰਹਿੰਦਾ। ਕਿੱਧਰ ਖੋ ਗਿਆ ਪੁੱਤਾਂ? ਨਾ ਜੀ ਨਾ, ਬਸ ਧੰਨਵਾਦ। ਚਾਹ ਪਾਣੀ ਦਾ ਇੰਤਜ਼ਾਮ ਕਰ ਦੇ, ਬੈਠ ਪੁੱਤ, ਚਾਹ ਪਾਣੀ ਪੀ ਕੇ ਜਾਈ। ਨਾ ਜੀ ਨਾ, ਮੈਂ ਕੰਮ 'ਤੇ ਜਾਣਾ ਜੀ। ਚਾਹ ਤਾਂ ਪੀ ਜਾਂਦਾ ਸ਼ੇਰਾ। ਠੀਕ, ਥੈਂਕ ਯੂ ਬਾਈ।
ਇਹੋ ਜਿਹੇ ਵੀ ਇਮਾਨਦਾਰ ਬੰਦੇ ਬੈਠੇ ਪਤਲੇ ਖੁਸ਼ ਹਾਂ ਹੁਣ ਤਾਂ ਮਨਪ੍ਰੀਤ ਚਲਾ ਵਧੀਆ ਹੋਇਆ ਯਾਰ ਮਨ ਤੋਂ ਬੋਝ ਜਿਹਾ ਲੈ ਗਿਆ ਨਹੀਂ ਵੀ ਪਰੇਸ਼ਾਨ ਜਿਹੇ ਹੋਏ ਫਿਰਦੇ ਸੀਗੇ ਮਿਲ ਗਿਆ ਸੀ ਤੁਹਾਨੂੰ ਉਹ ਹਾਂ ਉਹ ਮਿਲ ਗਿਆ ਸੀ ਘਰ ਅਤੇ ਉਹਨਾਂ ਨੇ ਤਾਂ ਵਧੀਆ ਧੰਨਵਾਦ ਕੀਤਾ ਨਾਲੇ ਜਿਹੜਾ ਤੂੰ ਜਿਹੜਾ ਉਹ ਕਹਿੰਦੀ ਸੀ ਉਹ ਬੈਗ ਦੇ ਵਿੱਚ ਕਾਪੀ ਜੀ ਪਾਸਪੋਰਟ ਜਿਹਾ ਹੈ ਨਾ ਉਹ ਉਹਨਾਂ ਦੇ ਮੁੰਡੇ ਦੀ ਸੀਗੀ ਉਹਨੇ ਦੋ ਦਿਨਾਂ ਨੂੰ ਜਾਣਾ ਬਾਹਰ ਅਮਰੀਕਾ ਅਤੇ ਬਾਕੀ ਮੈਨੂੰ ਐਂ ਵੀ ਕਹਿੰਦੇ ਸੀ ਉਹ ਵੀ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕੋਈ ਪੈਸਾ ਟਕਾ ਜਾਂ ਹੋਰ ਵੀ ਤਾਂ ਦੱਸ ਪਰ ਮੈਂ ਮਨਾ ਕਰਤਾ ਉੱਥੇ ਮੈਂ ਕਿਹਾ ਵੀ ਨਹੀਂ ਐਂ ਮੰਗਤਾ ਜਾਂ ਵਾਂਗੂ ਮੰਗਦੇ ਚੰਗੇ ਨਹੀਂ ਲੱਗਦੇ ਹੈਗੇ ਸਹੀ ਕੀਤਾ ਤੁਸੀਂ ਅਤੇ ਆਪਾਂ ਤਾਂ 10-9 ਦੀ ਕਿਰਤ ਕਰਕੇ ਖਾਣ ਵਾਲੇ ਬੰਦੇ ਹਾਂ ਹੁਣ ਬਸ ਠੀਕ ਆ ਹੈ ਸਰਦਾਰ ਜੀ ਤੁਸੀਂ ਕਿਵੇਂ ਜੀ ਇੱਥੇ ਕੋਈ ਗਲਤੀ ਹੋ ਗਈ ਸਾਡੇ ਤੋਂ ਜੀ ਨਾ ਨਾ ਜਾਂ ਕੋਈ ਚੀਜ਼ ਰਹਿ ਗਈ ਕੋਈ ਗਲਤੀ ਨਹੀਂ ਦੱਸੋ ਕੁਛ ਕੋਈ ਕੋਈ ਚੀਜ਼ ਨਹੀਂ ਰਹੀ ਹੈਗੀ ਹਾਂਜੀ ਮੈਂ ਤਾਂ ਪਿੱਛਾ ਕਰਦਾ ਕਰਦਾ ਆ ਗਿਆ ਚਾਹ ਘਰ ਆ ਤੇਰਾ ਫਿਰ ਹਾਂਜੀ ਮਨਪ੍ਰੀਤ ਇਹ ਉਹੀ ਸਰਦਾਰ ਜੀ ਨੇ ਨਾ ਬੈਗ ਸੀ ਆਪਣੇ ਘਰੇ ਕੌਣ ਕੌਣ ਰਹਿੰਦੇ ਪੁੱਤ ਫਿਰ ਉੱਥੇ ਇੱਕ ਤਾਂ ਜੀ ਮੇਰੇ ਇਹ ਘਰ ਵਾਲੀ ਹੈਗੀ ਅਤੇ ਦੂਜਾ ਮਾਤਾ ਜੀ ਨੇਗੇ ਉਹ ਬਿਮਾਰ ਰਹਿੰਦੇ ਨੇ ਉਹ ਅੰਦਰ ਪਏ ਆ ਜੀ ਚੱਲ ਠੀਕ ਆ ਮੈਂ ਹਾਲ ਚਾਲ ਪੁੱਛਣ ਵਾਲੇ ਚੱਲ ਮਿਲਾਏਗਾ ਮੈਨੂੰ ਆਓ ਜੀ ਜ਼ਰੂਰ ਜੀ ਆ ਜਾਓ ਮਨਪ੍ਰੀਤ ਚਾਹ ਬਣਾ ਲਓ ਜਿਹੜੇ 4 ਪੈਸੇ ਕਮਾਉਂਦੇ ਆ ਜੀ ਉਹ ਬਸ ਬੇਬੇ 'ਤੇ ਲੱਗ ਜਾਂਦੇ ਨੇ ਅਤੇ ਮੈਂ ਕੁਰਸੀ ਲੈ ਕੇ ਆਉਣਾ ਜੀ ਤੁਸੀਂ ਨਹੀਂ ਪੁੱਤ ਬੈਠ ਤੋਂ ਅੱਛੀ ਬੈਠ ਆਪਾਂ ਇੱਥੇ ਗੱਲ ਕਰਦੇ ਦੇਖ ਸ਼ਰਾ ਤੇਰੇ ਘਰ ਦੇ ਹਾਲਾਤ ਤਾਂ ਮੈਂ ਦੇਖ ਲਿੱਤੇ ਬੜੇ ਮਾੜੇ ਨੇ ਪਰ ਜਿੰਨਾ ਤੂੰ ਇਮਾਨਦਾਰ ਆ ਤੇਰੇ ਵਰਗੇ ਇਮਾਨਦਾਰ ਇਨਸਾਨ ਬਹੁਤ ਘੱਟ ਮਿਲਦੇ ਨੇ ਅਤੇ ਫਿਕਰ ਨਾ ਕਰ ਹੁਣ ਤੇਰੀ ਬੇਬੇ ਦਾ ਇਲਾਜ ਨਾ ਮੈਂ ਕਰਾਊਂਗਾ ਜਿੰਨੇ ਪੈਸੇ ਲੱਗਣੇ ਸਾਰੇ ਮੈਂ ਲਾਊਂਗਾ ਅਤੇ ਨਾਲੇ ਕੀ ਕੰਮ ਕਰਦਾ ਪੁੱਤ ਤੂੰ ਮੈਂ ਨਾ ਜੀ ਉਹ ਸਬਜ਼ੀਆਂ ਦੀ ਜਿਹੜੀ ਉਹ ਹੁੰਦੀ ਆ ਆਪਣੀ ਦੁਕਾਨ ਉਹ 'ਤੇ ਲੱਗੇ ਹੋਏ ਜੀ ਅੱਛਾ ਅੱਛਾ ਹੁਣ ਗੱਲ ਸੁਣ ਕੱਲ੍ਹ ਤੋਂ ਉੱਥੇ ਜਾਂਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਆਪਣੀ ਫੈਕਟਰੀ ਆ ਜੀ ਤੈਨੂੰ ਵਧੀਆ ਕੰਮ ਕਰ ਮੈਂ ਦਵਾਊਂਗਾ ਧੰਨਵਾਦ ਜੀ ਬਹੁਤ ਬਹੁਤ ਮੈਨੂੰ ਤਾਂ ਕੰਮ ਦੀ ਲੋੜ ਬਹੁਤ ਆ ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੜੇ ਹੋ ਜੀ ਉਹ ਸ਼ੇਰਾ ਰੱਬ ਮੈਂ ਨਹੀਂ ਰੱਬ ਤਾਂ ਤੂੰ ਆ ਜੇ ਤੂੰ ਅਜੇ ਕਾਗਜ਼ ਨਾ ਦੇਣ ਆਉਂਦਾ ਨਾ ਤਾਂ ਮੇਰਾ ਪੁੱਤ ਅਮਰੀਕਾ ਨਹੀਂ ਜਾ ਪਾਉਣਾ ਸੀਗਾ ਉਹਦਾ ਪਾਸਪੋਰਟ ਸੀਗਾ ਉਹਨੇ ਸਟੱਡੀ ਲਈ ਜਾਣਾ ਸੀਗਾ ਸਾਡਾ ਤਾਂ ਲੱਖਾਂ ਦਾ ਨੁਕਸਾਨ ਹੋ ਜਾਣਾ ਸੀਗਾ ਉਹ ਤਾਂ ਮੇਰਾ ਫਰਜ਼ ਸੀ ਸਰਦਾਰ ਸਾਹਿਬ ਜੋ ਮੈਂ ਪੂਰਾ ਕਰ ਦਿੱਤਾ ਚੱਲ ਕੋਈ ਗੱਲ ਨਹੀਂ ਹੁਣ ਆਹ ਮੇਰਾ ਫਰਜ਼ ਆ ਤੈਨੂੰ ਜੋਬ ਦੇਣਾ ਕੱਲ੍ਹ ਤੋਂ ਆਪਣੀ ਫੈਕਟਰੀ ਆ ਠੀਕ ਆ ਠੀਕ ਹੈ ਜੀ ਸ਼ੁਕਰੀਆ ਜੀ ਮਨਪ੍ਰੀਤ ਦੇਖੇ ਰੱਬ ਦੇ ਰੰਗ ਕਿਸਮਤ ਬਦਲਦਿਆਂ ਪਤਾ ਨਹੀਂ ਲੱਗਦਾ ਨਾਲੇ ਉਹ ਬੈਗ 'ਚ ਕੀ ਸੀ ਇੱਕ ਫੋਨ ਥੋੜ੍ਹੇ ਜਿਹੇ ਪੈਸੇ ਆਪਾਂ ਕਿੰਨੇ ਕੁ ਦਿਨ ਚਲਾ ਲੈਂਦੇ ਨਾਲੇ ਉਹ ਪੰਗੇ ਦੀਏ ਹੁਣ ਉਹ ਸਰਦਾਰ ਜੀ ਇੰਨੇ ਨੇਕ ਨਿਕਲੇ ਉਹ ਪਤਾ ਕੀ ਕਹਿੰਦੇ ਕਹਿੰਦੇ ਬੇਬੇ ਦਾ ਇਲਾਜ ਅਸੀਂ ਕਰਾਵਾਂਗੇ ਅਸੀਂ ਓਪਰੇਸ਼ਨ ਕਰਾਵਾਂਗੇ ਉਹਨਾਂ ਦਾ ਅਤੇ ਨਾਲੇ ਉਹ ਕਹਿੰਦੇ ਵੀ ਕੱਲ੍ਹ ਤੋਂ ਤੂੰ ਕੰਮ 'ਤੇ ਆ ਜਾ ਕਰ ਉਹਨਾਂ ਦੀ ਫੈਕਟਰੀ ਆ ਹਾਂ ਚਲੋ ਵਧੀਆ ਹੋਇਆ ਜੀ ਆਪਾਂ ਨਿੱਕੀ ਦੀ ਚੀਜ਼ ਪਿੱਛੇ ਬੇਈਮਾਨੀ ਕਰਦੇ ਸੀ ਜੇ ਉਸੇ ਚੀਜ਼ ਪਿੱਛੇ ਇਮਾਨਦਾਰੀ ਦਿਖਾ ਕੇ ਆਪਾਂ ਨੂੰ ਜ਼ਿੰਦਗੀ ਭਰ ਦੀ ਰੋਟੀ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ